ਸੁਣ ਰਹੇ ਹੋ 94.3 ਮਾਈ ਐਫਐਮ ਮੇਰੇ ਵੱਲੋਂ ਯਾਨੀ ਆਰਜੇ ਜੱਸੀ ਦੇ ਵੱਲੋਂ ਸਾਰਿਆਂ ਨੂੰ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਸੰਗੀਤ ਜਗਤ, ਪੰਜਾਬੀ ਫਿਲਮੀ ਦੁਨੀਆ ਦੀਆਂ ਖਾਸ ਸ਼ਖਸੀਅਤਾਂ ਦੇ ਨਾਲ ਆਪਾਂ ਅਕਸਰ ਗੱਲਬਾਤ ਕਰਦੇ ਹੁੰਦੇ ਹਾਂ, ਔਰ ਅੱਜ ਵੀ ਆਪਣੇ ਸ਼ੋਅ ਦੇ ਵਿੱਚ ਇੱਕ ਖਾਸ ਸ਼ਖਸੀਅਤ ਹੈ ਜੀ। ਕਹਿੰਦੇ ਕਿ ਇਲਾਇਚੀ ਦੇ ਦਾਣਿਆਂ ਵਰਗਾ ਹੁੰਦਾ ਹੈ ਮੁਕੱਦਰ, ਇਲਾਇਚੀ ਦੇ ਦਾਣਿਆਂ ਵਰਗੀ ਹੁੰਦੀ ਹੈ ਕਿਸਮਤ ਆਪਣਾ ਮੁਕੱਦਰ। ਜਿੰਨੇ ਪਿਸਦੇ ਚੱਲੇ ਜਾਂਦੇ ਹੋ ਮਹਿਕ ਓਨੀ ਹੀ ਬਿਖਰਦੀ ਚੱਲੀ ਜਾਂਦੀ ਹੈ। ਇੱਕ ਐਸੀ ਹੀ ਕੁੜੀ ਜਿਸਨੇ ਮਿਹਨਤਾਂ ਤੋਂ ਬਾਅਦ, ਲਗਨ ਤੋਂ ਬਾਅਦ ਇੱਕ ਐਸਾ ਨਾਮ ਬਣਾਇਆ ਹੈ। ਹਜੇ ਤਾਂ ਇਹੀ ਕਹਾਂਗੇ, ਫਿਲਹਾਲ ਸ਼ੁਰੂਆਤ ਹੈ ਉਸਦੇ ਸਫ਼ਰ ਦੀ, ਪਰ ਸ਼ੁਰੂਆਤ ਦੇ ਵਿੱਚ ਇੱਕ ਐਸਾ ਨਾਮ, ਇੱਕ ਐਸਾ ਥੰਮ ਬਣਾ ਲਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕੁੜੀ 'ਚ ਜਨੂੰਨ ਕਿੰਨਾ ਹੈ, ਕਿਉਂਕਿ ਆਪਾਂ ਅਲੱਗ ਅਲੱਗ ਰਿਐਲਿਟੀ ਸ਼ੋਜ਼ ਦੇ ਵਿੱਚ ਉਸ ਨੂੰ ਦੇਖ ਚੁੱਕੇ ਹਾਂ, ਉਹਦੀ ਆਵਾਜ਼ ਨੂੰ ਆਪਾਂ ਪਰਖ ਵੀ ਚੁੱਕੇ ਹਾਂ ਜੀ। ਰਾਈਜ਼ਿੰਗ ਸਟਾਰ ਜਦੋਂ ਰਿਐਲਿਟੀ ਸ਼ੋਅ ਆਇਆ ਸੀਗਾ, ਵੋਇਸ ਆਫ ਪੰਜਾਬ ਜਦੋਂ ਰਿਐਲਿਟੀ ਸ਼ੋਅ ਆਇਆ ਸੀਗਾ, ਤਾਂ ਉਹਦੇ 'ਚ ਇੱਕ ਕੁੜੀ ਚਮਕਦੀ ਸੀਗੀ, ਉਹਦੀ ਆਵਾਜ਼ ਦਿਲਾਂ ਤੱਕ ਅਸਰ ਕਰਦੀ ਸੀ, ਉਹੀ ਅੱਜ ਆਪਣੇ ਨਾਲ ਹੈ ਜੀ, ਅਫਸਾਨਾ ਖਾਨ। ਅੰਬਰਾ ਤੇ ਚਾੜ ਸਾਡੀ ਹਾਏ ਹੱਥੀ ਡੋਰ ਛੱਡੇਗਾ, ਹਾਏ ਪਤਾ ਨਹੀਂ ਸੀ ਸਾਡੇ ਨਾਲ ਇੰਜ ਵੈਰ ਕੱਢੇਗਾ, ਤੇਰੇ ਨਾਲ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ, ਹਾਏ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ, ਮੰਨਿਆ ਕਿ ਸਾਡੇ ਕੋਲ ਕੋਈ ਵੀ ਰਸੀਦ ਨਹੀਂ ਸੀ, ਹਾਏ ਤੇਰੇ ਕੋਲੋਂ ਯਾਰਾ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ। ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਮੈਂ ਅਫਸਾਨਾ ਖਾਨ। ਸੋ ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ 94.3 ਮਾਈ ਐਫਐਮ। ਕਿਆ ਬਾਤ, ਕਿਆ ਬਾਤ ਹੈ, ਇਹ ਅਸਰ ਹੈ ਇਸ ਆਵਾਜ਼ ਦਾ। ਅਫਸਾਨਾ ਖਾਨ, ਅਫਸਾਨਾ, ਹਜੇ ਤਾਂ ਤੁਹਾਡਾ ਇਸ ਸਫ਼ਰ, ਮੈਂ ਇਹੀ ਕਹੂੰਗਾ, ਸ਼ੁਰੂ ਹੋਇਆ ਮਿਊਜ਼ਿਕ ਇੰਡਸਟਰੀ ਦਾ, ਅੱਗੇ ਕਿਹੜੀਆਂ ਕਿਹੜੀਆਂ ਮੰਜ਼ਿਲਾਂ ਦੇਖਦੀ ਹੈ, ਸੋਚਦੀ ਹੈ ਅਫਸਾਨਾ, ਕਿ ਜਿੱਥੇ ਤੱਕ ਜਿਹੜੀਆਂ ਤੁਹਾਡੀਆਂ ਰੀਝਾਂ ਨੇ, ਮੈਂ ਇਹ ਰੀਝਾਂ ਪੂਰੀਆਂ ਕਰਨੀਆਂ, ਕੀ ਸੋਚਦੀ ਹੈ ਅਫਸਾਨਾ? ਕਹਿੰਦੇ ਕਿ ਬੰਦਾ ਜਿੰਨਾ ਵੀ ਅੱਗੇ ਵੱਧਦਾ ਜਾਂਦਾ ਉਹਦੀਆਂ ਲੋੜਾਂ ਨਹੀਂ ਖਤਮ ਹੁੰਦੀਆਂ, ਹੈ ਨਾ। ਸੋ ਉਹਨਾਂ ਵਿੱਚੋਂ ਹੀ ਮੈਂ ਹਾਂ ਕਿ ਆਪਾਂ ਸਟੈਪ ਸਟੈਪ ਵਾਈਜ਼ ਮਤਲਬ ਚੱਲਦੇ ਜਾ ਰਹੇ ਹਾਂ, ਅਤੇ ਹਜੇ ਜਿਹੜੀ ਮੰਜ਼ਿਲ 'ਤੇ ਮੈਂ ਪਹੁੰਚਣਾ ਚਾਹੁੰਦੀ ਹਾਂ ਤਾਂ ਉਹਨੂੰ ਬਹੁਤ ਮਿਹਨਤ ਔਰ ਬਹੁਤ ਮਿਹਨਤ ਦੀ ਲਾਈਕ ਸਮੇਂ ਦੀ ਜ਼ਰੂਰਤ ਹੈ ਹਾਲੇ, ਅਤੇ ਮੈਂ ਮਿਹਨਤ ਕਰ ਰਹੀ ਹਾਂ, ਅਤੇ ਜੋ ਮੁਕਾਮ 'ਤੇ ਮੈਂ ਪਹੁੰਚਣਾ ਚਾਹੁੰਦੀ ਹਾਂ ਮੈਂ ਹਾਲੇ ਉਸ 'ਤੇ ਪਹੁੰਚਣ ਲਈ ਮੈਨੂੰ ਟਾਈਮ ਚਾਹੀਦਾ। ਸਹੀ ਗੱਲ। ਅੱਛਾ, ਅੱਜ ਤੋਂ 5 ਸਾਲ ਪਹਿਲਾਂ ਔਰ ਅੱਜ ਤੋਂ 10 ਸਾਲ ਪਹਿਲਾਂ ਵੀ ਜੇ ਆਪਾਂ ਗੱਲ ਕਰੀਏ, 2005-06 ਦੀ ਜਾਂ 2001 ਦੀ, ਉਸ ਟਾਈਮ ਵੀ ਜਿਹੜਾ ਬੰਦਾ ਮਿਊਜ਼ਿਕ ਇੰਡਸਟਰੀ 'ਚ ਆਉਣ ਦੀ ਸੋਚਦਾ ਸੀਗਾ, ਉਹਦੇ ਦਿਮਾਗ 'ਚ ਵੀ ਇਹੀ ਹੁੰਦਾ ਸੀਗਾ, ਯਾਰ ਕੰਪੀਟੀਸ਼ਨ ਬਹੁਤ ਹੈ। ਔਰ ਦੇਖਿਆ ਜਾਵੇ ਤਾਂ ਅੱਜ ਵੀ ਇਹੀ ਲੱਗਦਾ। ਕੀ ਲੱਗਦਾ ਕਿ ਕੰਪੀਟੀਸ਼ਨ ਵੱਧ ਗਿਆ ਅਤੇ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਇਸ ਟਾਈਮ ਅਫਸਾਨਾ ਕਿੰਨਾ ਔਖਾ ਹੈ? ਕੰਪੀਟੀਸ਼ਨ ਦੀ ਗੱਲ ਕੀਤੀ ਜਾਵੇ ਕਿ ਹਰ ਜੋਨਰ ਦੇ ਵਿੱਚ, ਹਰ ਮਤਲਬ ਜੋ ਵੀ ਕੰਮ ਹੈ ਉਹਦੇ ਵਿੱਚ ਕੰਪੀਟੀਸ਼ਨ ਦਾ ਦੌਰ ਬਹੁਤ ਜ਼ਿਆਦਾ ਵੱਧ ਚੁੱਕਿਆ। ਸੋ ਅੱਧੇ ਤਾਂ ਬੰਦੇ ਲਾਈਕ ਆਪਣੀਆਂ ਜਿਹੜੀਆਂ ਹੁੰਦੀਆਂ ਫੀਲਿੰਗਸ ਨੂੰ ਹੀ ਦੱਬ ਲੈਂਦੇ ਕਿ ਨਹੀਂ ਯਾਰ, ਬਹੁਤ ਬੰਦੇ ਬੈਠੇ ਨੇ ਆਪਣੇ ਤੋਂ ਉੱਤੋਂ ਦੇ ਉੱਤੇ ਗਾਉਣ ਵਾਲੇ ਜਾਂ ਕੋਈ ਹੋਰ ਕੰਮ ਕਰਨ ਵਾਲੇ, ਹੈ ਨਾ। ਤਾਂ ਕੰਪੀਟੀਸ਼ਨ ਦੀ ਗੱਲ ਕੀਤੀ ਜਾਵੇ ਕਿ ਬਹੁਤ ਜ਼ਿਆਦਾ ਹੈ, ਅਤੇ ਅੱਜ ਕੱਲ੍ਹ ਜਿਹੜਾ ਆਪਣੇ ਆਪ ਨੂੰ ਮਤਲਬ ਲੋਕਾਂ ਸਾਹਮਣੇ ਲੈ ਕੇ ਆਉਣਾ ਬਹੁਤ ਮੁਸ਼ਕਲ, ਔਰ ਲੱਕ ਮਾਇਨੇ ਰੱਖਦਾ ਕਿ ਕਿਹਦਾ ਲੱਕ ਚਮਕਦਾ, ਅਤੇ ਬਹੁਤ ਮਿਹਨਤ ਦੇ ਨਾਲ ਆਪਣੀ ਕਿਸਮਤ ਬਹੁਤ ਮਾਇਨੇ ਰੱਖਦੀ ਹੈ। ਸਹੀ ਗੱਲ। ਅੱਛਾ ਅਫਸਾਨਾ, ਹੁਣ ਤਾਂ ਤੁਸੀਂ ਲਾਈਵ ਸ਼ੋਜ਼ ਦੇ ਵਿੱਚ ਖੁੱਲ੍ਹ ਕੇ ਗਾਉਂਦੇ ਹੋ, ਤੁਸੀਂ ਇੱਕ ਘੰਟਾ, ਡੇਢ ਡੇਢ ਦੋ ਦੋ ਘੰਟੇ ਲੱਗੇ ਰਹਿੰਦੇ ਹੋ, ਹੈ ਨਾ, ਇਹ ਮਿਹਨਤਾਂ ਤੋਂ ਬਾਅਦ ਆਉਂਦੀ ਹੈ ਇਹ ਚੀਜ਼, ਹੈ ਨਾ। ਇਹ ਤਾਂ ਹੁਣ ਲੋਕ ਇੰਜੋਏ ਕਰਦੇ ਆ ਤੁਹਾਨੂੰ ਇੱਕ ਘੰਟਾ ਦੋ ਘੰਟੇ, ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਵੀ ਇਹ 5-5 ਮਿੰਟ ਕਰਕੇ ਇਹ ਇੱਥੇ ਤੱਕ ਪਹੁੰਚਿਆ ਸਫ਼ਰ। ਜੀ ਜੀ। ਦੇਖੋ, ਘਰਦਿਆਂ ਦਾ ਇਹ ਕਹਿਣਾ ਕਿ ਤੂੰ ਆਹ ਨਹੀਂ ਕਰਦੀ, ਤੂੰ ਉਹ ਨਹੀਂ ਕਰਦੀ, ਤੂੰ ਆਹ ਕਰ ਲੈ, ਤੂੰ ਉਹ ਕਰ ਲੈ, ਇਹ ਘਰਦਿਆਂ ਦਾ ਕਹਿਣਾ ਕੁਦਰਤੀ ਗੱਲ ਹੁੰਦੀ। ਅੱਜ ਤੋਂ 5 ਸਾਲ ਪਹਿਲਾਂ ਜੋ ਝਿੜਕਾਂ ਅਫਸਾਨਾ ਖਾਨ ਘਰਦਿਆਂ ਤੋਂ ਪੈਂਦੀਆਂ ਸੀ ਅਫਸਾਨਾ ਨੂੰ, ਉਹਨਾਂ ਝਿੜਕਾਂ 'ਚ ਅਤੇ ਅੱਜ ਦੀਆਂ ਝਿੜਕਾਂ 'ਚ ਕੀ ਫਰਕ ਹੋਇਆ? ਉਹ ਝਿੜਕਾਂ ਜੇ ਆਪਾਂ ਕੋਈ, ਹੈ ਨਾ, ਪੈਂਦੀਆਂ ਆਪਾਂ ਨੂੰ ਪੋਜ਼ਿਟਿਵ ਹੀ ਲੈਣੀਆਂ ਚਾਹੀਦੀਆਂ, ਕਿਉਂਕਿ ਝਿੜਕਾਂ ਕੰਮ ਆਉਂਦੀਆਂ, ਯਾਦ ਆਉਂਦੀਆਂ ਅੱਜ ਵੀ, ਕਿ ਉਹ ਸੱਚੀਆਂ ਪੈਂਦੀਆਂ, ਮਾਂ ਬਾਪ ਦੀਆਂ ਗਾਲਾਂ, ਪਰਿਵਾਰ ਦੀਆਂ, ਭੈਣਾਂ ਭਰਾਵਾਂ ਨਾਲ, ਹੈ ਨਾ, ਜੋ ਵੀ ਹੁੰਦਾ ਉਹ ਸੱਚ ਹੁੰਦਾ, ਕਿਉਂਕਿ ਉਹ ਸਹੀ ਕਹਿੰਦੇ ਹੁੰਦੇ ਨੇ, ਮਾਂ ਬਾਪ ਹੀ ਆਪਾਂ ਨੂੰ ਸਹੀ ਸਮਝਾ ਸਕਦੇ ਨੇ, ਅਤੇ ਉਹਨਾਂ ਦੇ ਝਿੜਕਾਂ ਖਾ ਕੇ, ਮਤਲਬ ਬੰਦਾ ਕਹਿੰਦਾ ਕਿ ਠੋਕਰ ਖਾ ਕੇ ਬੰਦਾ ਸਕਸੈਸ ਹੁੰਦਾ, ਲਾਈਕ ਉੱਦਾਂ ਹੀ ਉਹਨਾਂ ਦੀਆਂ ਝਿੜਕਾਂ ਖਾ ਕੇ, ਕਿ ਗਾਲਾਂ ਘਿਓ ਦੀਆਂ ਨਾਲਾਂ, ਲਾਈਕ ਦਿਸ, ਅਤੇ ਉਹ ਫਿਰ ਉਸ ਟਾਈਮ ਝਿੜਕਾਂ ਕੀ ਹੁੰਦੀਆਂ ਸੀ ਘਰਦਿਆਂ ਵੱਲੋਂ,
ਕਿਹੜੀ ਗੱਲ ਦੇ ਉੱਤੇ ਟੁੱਕ ਟਕਾਈ ਹੁੰਦੀ ਸੀ ਸਭ ਤੋਂ ਜ਼ਿਆਦਾ? ਗਾਣੇ ਨੂੰ ਲੈ ਕੇ ਤਾਂ ਨਹੀਂ ਹੁੰਦੀ ਸੀਗੀ, ਤੇ ਬਸ ਨਿੱਕੇ ਮੋਟੇ ਕੰਮ ਕਰਦੇ ਜਾਂ ਤੁਸੀਂ ਆਹ ਨਹੀਂ ਕਰਨਾ ਜਾਂ ਅਸੀਂ ਲੜ ਪੈਂਦੇ ਹੁੰਦੇ ਸੀ ਭੈਣ ਭਾਈ ਤਾਂ ਉਹਦੇ ਪਿੱਛੇ ਝਿੜਕਾਂ ਪੈਂਦੀਆਂ, ਕੰਮ ਕਰਨਾ ਤੁਸੀਂ ਉਹ ਕੰਮ ਨਹੀਂ ਕੀਤਾ ਉਹ ਨਹੀਂ ਲਾਈਕ ਦਿਸ ਨਿੱਕੀ ਨਿੱਕੀ। ਔਰ ਉਸ ਟਾਈਮ ਤਾਂ ਇਹ ਵੀ ਹੁੰਦਾ ਘਰਦਿਆਂ ਨੂੰ ਪਤਾ ਨਹੀਂ ਅੱਗੇ ਕੀ ਬਣਨਾ ਕੀ ਨਹੀਂ ਬਣਨਾ, ਕੁੜੀਏ ਤੂੰ ਨਾਲ ਦੀ ਨਾਲ ਆਹ ਕਰੀ ਚੱਲ, ਉਹ ਕੀ ਹੁੰਦਾ ਸੀ ਘਰ ਜਾਣਾ, ਉਹ ਕਹਿੰਦੇ ਨੇ ਵੀ ਏਦਾਂ ਕੰਮ ਆਉਣਾ ਚਾਹੀਦਾ, ਕੁੜੀ ਨੂੰ ਰੋਟੀ ਵੀ ਆਉਣੀ ਚਾਹੀਦੀ, ਇਹ ਵੀ ਕਿਉਂਕਿ ਗਾਂਹ ਬਗਾਨੇ ਘਰ ਜਾਣਾ, ਤਾਂ ਉਹਦੇ ਕਾਰਨ ਝਿੜਕਾਂ ਪੈ ਜਾਂਦੀਆਂ ਵੀ ਚੱਜ ਨਾਲ ਕੰਮ ਕਰੋ, ਲਾਈਕ ਚੰਗੇ ਤਰੀਕੇ ਨਾਲ ਕੰਮ। ਯੈਸ, ਇਹਦਾ ਮਤਲਬ ਇਹ ਹੋਇਆ ਫਿਰ ਉਸ ਟਾਈਮ ਘਰ ਦੇ ਵੀ ਸਾਰੇ ਕੰਮ ਤੁਸੀਂ ਸਿੱਖੇ ਹੋਏ ਪ੍ਰੋਪਰ ਆਉਂਦੇ ਆ? ਹਾਂਜੀ ਆਉਂਦੇ ਆ। ਅੱਛਾ, ਘਰ ਦੇ ਬੇਬੇ ਨੇ ਸਿਖਾਏ ਹੋਏ ਪੂਰੇ? ਹਾਂਜੀ। ਚੰਡੇ ਹੋਏ ਹੋ? ਗਾਇਕੀ ਵੀ ਮੇਰੇ ਪਾਪਾ ਤੋਂ ਹੀ ਮਿਲੀ ਆ, ਆਪਾਂ ਮਤਲਬ ਬਾਹਰੋਂ ਕਿਤੋਂ ਨਹੀਂ ਸਿੱਖੀ। ਨਾਈਸ। ਤੇ ਪਾਪਾ ਗਾਉਂਦੇ ਸੀ ਉਹ, ਬਸ ਉਹਨਾਂ ਨੂੰ ਅਸੀਂ ਬਾਲਾ ਸੁਣਿਆ ਵੀ ਨਹੀਂ, ਬਾਲਾ ਦੇਖਿਆ ਵੀ ਨਹੀਂ। 2003 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ, ਤੇ ਬਹੁਤ ਛੋਟੀ ਸੀ ਮੈਂ ਉਸ ਟਾਈਮ, ਤੇ ਬਸ ਉਹਨਾਂ ਨੇ ਜਨਮ ਦਿੱਤਾ ਅੱਜ ਤੁਹਾਡੇ ਸਾਹਮਣੇ। ਅਰੇ ਵੈਰੀ ਗੁੱਡ। ਤੇ ਹੁਣ ਇਹ ਤਾਂ ਗੱਲ ਆਪਾਂ ਕੀਤੀ ਹੈਗੀ ਆ ਉਸ ਟਾਈਮ ਦੀ ਜਿਹੜੀ ਕੁਝ ਸਾਲ ਪਹਿਲਾਂ ਦੀ ਸੀਗਾ। ਅੱਜ ਕੱਲ੍ਹ ਕਰਦਿਆਂ ਦਾ ਜੋ ਰਵੱਈਆ ਰਹਿੰਦਾ ਮੈਨੂੰ ਲੱਗਦਾ ਝਿੜਕਲਾ ਤਾਂ ਬਿਲਕੁਲ ਵੀ ਨਹੀਂ ਰਹਿੰਦਾ ਹੋਣਾ। ਅੱਜ ਕੱਲ੍ਹ ਮੇਰਾ ਰੋਹ ਆ, ਤੁਹਾਡੇ ਰਿਐਲਿਟੀ ਸ਼ੋਅ ਦੀ ਗੱਲ ਕਰਦੇ ਸੀਗੇ, ਆਪਾਂ ਰਾਈਜ਼ਿੰਗ ਸਟਾਰ ਦੀ ਗੱਲ ਕੀਤੀ, ਦੇਖੋ ਉਸ ਟਾਈਮ ਲਾਈਵ ਸ਼ੋਅ ਦੇ ਦੌਰਾਨ ਤੁਸੀਂ ਗੁਜ਼ਰੇ ਹੋ, ਇਹਦਾ ਮਤਲਬ ਇਹੀ ਹੁੰਦਾ ਕਿ ਵੀ ਉਸ ਟਾਈਮ ਤੋਂ ਤੁਸੀਂ ਪੱਕ ਰਹੇ ਹੋ ਜੀ, ਹਨਾ। ਫਿਰ ਪੱਕ ਕੇ ਜੋ ਸਵਾਦ ਅਲੱਗ ਆਉਂਦਾ ਹੁੰਦਾ ਉਸ ਟਾਈਮ, ਜੇ ਮੈਂ ਗੱਲ ਕਰਾਂ ਰਿਐਲਿਟੀ ਸ਼ੋਅ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੇਜ਼ ਕਿਹੜੇ ਗਾਣੇ 'ਤੇ ਮਿਲੀ ਹੈ ਹੁਣ ਤੱਕ ਰਾਈਜ਼ਿੰਗ ਸਟਾਰ ਦੀ? ਜੇ ਮੈਂ ਗੱਲ ਕਰਾਂ ਸਭ ਤੋਂ ਜ਼ਿਆਦਾ ਪ੍ਰੇਜ਼, ਮੈਂ ਦੱਸਣਾ ਕਿ ਮੈਨੂੰ ਬਾਲੀਵੁੱਡ ਗਾਣਾ ਇੱਕ ਵੀ ਨਹੀਂ ਆਉਂਦਾ। ਜਦੋਂ ਮੈਂ ਗਈ ਸੀ ਮੈਂ ਬੜੀ ਡਰੀ ਹੋਈ ਸੀ, ਹਰ ਇੱਕ ਦੇ ਮਨ 'ਚ ਡਰ ਹੁੰਦਾ ਜਦੋਂ ਕਿਸੇ ਕੰਮ 'ਚ ਜਾਣਾ ਨਾ ਆਪਾਂ, ਤਾਂ ਕੋਈ ਵੀ ਹੋਵੇ ਕੰਮ, ਤਾਂ ਮੈਨੂੰ ਐਸੇ ਸੀ ਕਿ ਬਾਲੀਵੁੱਡ ਗਾਣਾ ਹੈ, ਪਤਾ ਨਹੀਂ ਕਿਆ ਚੋਇਸ ਉਹਨਾਂ ਦੀ, ਕਿਆ ਪਸੰਦ ਕਰਦੇ ਆ, ਪਰ ਮੇਰਾ ਜੋਨਰ ਸੂਫੀ ਪੰਜਾਬੀ ਹੈ ਨਾ, ਤਾਂ ਮੈਂ ਆਪਣੇ ਜੋਨਰ 'ਚ ਪਰਫੈਕਟ ਸੀ, ਅਤੇ ਮੈਂ ਆਡੀਸ਼ਨਸ 'ਚ ਵੀ ਸੂਫੀ ਗਾਇਆ, ਮਤਲਬ ਜੱਜ ਖੁਸ਼ ਹੋ ਗਏ। ਤਾਂ ਉਸ ਤੋਂ ਬਾਅਦ ਮੈਨੂੰ ਸਿੱਧੀ ਕਾਲ ਆਈ ਕਿ ਸੁਣ ਕੇ ਇੰਨੇ ਬੱਚੇ ਵਧੀਆ ਵਧੀਆ ਗਾਉਂਦੇ ਪਏ ਸੀ, ਮੈਂ ਖੁਦ ਕਹਿੰਦੀ ਸੀ ਕਿ ਇਹ ਤਾਂ ਫਾਈਨਲ 'ਚ ਦੇਖ ਕੇ ਆਪਾਂ ਜੋ ਕਰਦੇ ਹਾਂ ਨਾ, ਤਾਂ ਅੱਛੀ ਗਾਇਕ ਨੂੰ ਐਪਰੀਸ਼ੀਏਟ ਕਰ ਰਹੀ ਸੀ ਮੈਂ ਉੱਥੇ ਕਾਫੀ ਸੀ। ਤਾਂ ਮੈਂ ਜਦੋਂ ਗਈ ਹਾਂ ਰਾਈਜ਼ਿੰਗ ਸਟਾਰ ਦੇ ਵਿੱਚ, ਤਾਂ ਸਭ ਤੋਂ ਪਹਿਲੀ ਕੈਂਡੀਡੇਟ ਮੈਂ ਸੀ ਰਾਈਜ਼ਿੰਗ ਸਟਾਰ ਦੀ ਸ਼ੁਰੂਆਤ। ਵੈਰੀ ਨਾਈਸ। ਔਰ ਜਦੋਂ ਮੈਨੂੰ ਕਾਲ ਆਈ ਮੈਂ ਚੜ੍ਹ ਕੇ ਬੈੱਡ 'ਤੇ ਛਾਲਾਂ ਮਾਰੀਆਂ ਕਿ ਮੈਨੂੰ ਤਾਂ ਮਤਲਬ ਆਉਂਦਾ ਨਹੀਂ ਸੀ ਔਰ ਉਹਨਾਂ ਨੇ ਮੈਨੂੰ ਚੁਣ ਲਿਆ, ਅਤੇ ਫਿਰ ਸ਼ੁਰੂਆਤ ਮੈਂ ਕੀਤੀ। ਔਰ ਗਾਣਾ ਬਾਲੀਵੁੱਡ ਦਿੱਤਾ ਹੋਇਆ ਸੀਗਾ, ਉਹ ਗਾਉਂਦੇ ਗਾਉਂਦੇ ਮੈਂ ਐਂਡ 'ਤੇ ਜਮਾਂ ਐਂਡ ਮੂਮੈਂਟ 'ਤੇ ਮੈਨੇ ਉਹਨਾਂ ਦੀ ਫਲੋਹਾਰ ਜੀ ਦੀ ਜੁਗਨੀ ਗਾਈ, ਅਤੇ ਫਿਰ ਮੈਨੂੰ 93 ਵੋਟਾਂ ਮਿਲੀਆਂ। ਸਭ ਤੋਂ ਵੱਡੀ ਗੱਲ ਆ ਕਿਸੇ ਸ਼ੋਅ ਦੀ ਸ਼ੁਰੂਆਤ ਕਰਨਾ, ਔਰ ਸਭ ਤੋਂ ਜ਼ਿਆਦਾ ਪ੍ਰੇਜ਼ ਉਸ ਗਾਣੇ 'ਤੇ ਮਿਲੀ ਹੋਈ। ਮੈਂ ਕਹਿ ਰਿਹਾ ਸੀ ਕੁਛ ਕੁਛ ਗਾਣੇ ਦੇ, ਆਹ ਮਜ਼ਾ ਆ ਜਾਏ ਤਾਂ ਅਲਫਾਜ਼ ਹੋ ਜਾਣ। ਅਲਫੋਲਾ ਚੰਬੇ ਦੀ ਬੂਟੀਓ ਓ ਮੇਰੇ ਮੁਰਸ਼ਦ ਮਨ ਵਿੱਚ ਲਾਈ ਹੈਵੇ, ਓ ਨਫੀਅਸ ਬਾਤ ਦਾ ਪਾਣੀ ਦੇ ਕੇ, ਓ ਹਰੀ ਰੰਗੇ ਹਰ ਜਾਈ ਹੂ, ਓ ਜੁਗ ਜੁਗ ਜੀਵੇ ਮੇਰਾ ਮੁਰਸ਼ਦ ਸੋਹਣਾ, ਹੋ ਤੇ ਜਿਸੇ ਬੂਟੀ ਲਾਈ ਹੂ ਪੀਰ ਮੇਰੇ ਆ ਜੁਗਨੀ ਜੀ, ਹੇ ਜੀ ਮਾਲਾ ਅਲੀ ਵਾਲੀ ਜੁਗਨੀ ਜੀ, ਹੇ ਜੀ ਸਾਰੇ ਸਬਜ ਦੀ ਜੁਗਨੀ ਜੀ। ਵੈਰੀ ਨਾਈਸ, ਥੈਂਕ ਯੂ ਅਫਸਾਨਾ। ਜਦੋਂ ਤੁਸੀਂ ਉਸ ਟਾਈਮ ਰਿਐਲਿਟੀ ਸ਼ੋਅ ਦੇ ਵਿੱਚ ਸੀਗੇ, ਉਸ ਤੋਂ ਪਹਿਲਾਂ ਤੋਂ ਜਿਹੜੇ ਜਿਹੜੇ ਲੋਕਾਂ ਦੀਆਂ ਤੁਸੀਂ ਨਜ਼ਰਾਂ 'ਚ ਆਏ, ਜਿਹੜੇ ਸੰਗੀਤ ਨੂੰ ਪਿਆਰ ਕਰਦੇ ਹੈ, ਉਹ ਤੁਹਾਡੇ ਫੈਨ ਬਣਨ ਲੱਗੇ ਜੀ, ਫੈਨ ਹੁਣ ਵੀ ਬਣਦੇ ਆ ਰਹੇ ਹੈ ਜੀ। ਕੁਛ ਫੈਨ ਐਸੇ ਹੁੰਦੇ ਹੈ ਜਿਨ੍ਹਾਂ ਦੀ ਮੁਹੱਬਤ, ਜਿਨ੍ਹਾਂ ਦਾ ਪਿਆਰ ਇਸ ਕਦਰ ਹੁੰਦਾ ਕਿ ਤੁਹਾਨੂੰ ਹੈਰਾਨ ਕਰ ਦਿੰਦਾ ਯਾਰ ਕਿ ਕਿਸੇ ਦਾ ਪਿਆਰ ਮੇਰੇ ਲਈ ਇੰਨਾ ਹੈ, ਕਿਸੇ ਦੀ ਮੁਹੱਬਤ ਮੇਰੇ ਹੁਨਰ ਦੇ ਪ੍ਰਤੀ ਇੰਨੀ ਹੈ। ਅਤੇ ਜੇ ਮੈਂ ਫੈਨ ਦੀ ਗੱਲ ਕਰਾਂ, ਕਿਹੜੇ ਕਿਹੜੇ ਫੈਨ ਤੁਹਾਨੂੰ ਹੈਰਾਨ ਕਰਦੇ?
ਬਹੁਤ ਸਾਰੇ ਫੈਨਸ ਮਿਲਦੇ ਨੇ, ਬਹੁਤ ਅੱਛਾ ਲੱਗਦਾ ਕਿ ਅਸੀਂ ਵੀ ਮਤਲਬ ਕਾਬਲ ਹੋਏ ਇੰਨੇ ਕੇ, ਔਰ ਇੱਥੋਂ ਤੱਕ ਜਦੋਂ ਆਪਣਾ ਕੋਈ ਫੈਨ ਬਣਦਾ ਨਾ, ਉਸ ਪਿੱਛੇ ਮਿਹਨਤ ਬਹੁਤ ਹੁੰਦੀ ਆ, ਹੈ ਨਾ, ਤਾਂ ਬਹੁਤ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਅਤੇ ਕੋਈ ਵੀ ਸਿੰਗਰ ਆਪਣੇ ਪਿੰਡ ਆਉਂਦਾ ਜਾਂ ਕੁਛ ਵੀ ਸੀਗਾ ਤਾਂ ਅਸੀਂ ਕਹਿੰਦੇ ਸੀ ਕਿ ਹੈ ਅਸੀਂ ਇਹਨਾਂ ਦੇ ਫੈਨ ਆ ਜਾਂ ਹੈ ਨਾ, ਆਪਾਂ ਨੁਸਰਤ ਜੀ ਦੇ ਫੈਨ ਆ, ਉਹ ਕਿੱਡੇ ਵੱਡੇ ਆਰਟਿਸਟ ਨੇ, ਹੈ ਨਾ, ਦੁਨੀਆਂ 'ਤੇ ਹੋਏ ਨੇ. ਕੱਲ੍ਹ ਉਹਨਾਂ ਦਾ ਡੇ ਸੀਗਾ, ਡੈਥ ਡੇ ਸੀ, ਸੋ ਉਹਨਾਂ ਨੂੰ ਮਤਲਬ ਉਹ ਹਮੇਸ਼ਾ ਅਮਰ ਨੇ, ਤਾਂ ਇੱਥੇ ਤੱਕ ਪਹੁੰਚਣ ਲਈ ਬਹੁਤ ਮਿਹਨਤ ਹੁੰਦੀ ਆ, ਔਰ ਫੈਨਾਂ ਦਾ ਪਿਆਰ ਜਦੋਂ ਮਿਲਦਾ ਤਾਂ ਉਹ ਖੁਸ਼ੀ ਜਿਹੜੀ ਹੁੰਦੀ ਨਾ, ਮੈਂ ਕਹਿੰਦੀ ਹਾਂ ਵੀ ਬਿਆਨ ਨਹੀਂ ਕਰ ਸਕਦੀ. ਸਹੀ ਗੱਲ, ਸਹੀ ਗੱਲ. ਔਰ ਕੁਛ ਤਾਂ ਫੈਨ ਐਸੇ ਹੁੰਦੇ ਜਿਹੜੇ ਤੁਹਾਨੂੰ ਵਰਡ ਕੁਛ ਲਿਖ ਕੇ ਭੇਜਦੇ, ਆਪਣਾ ਪਿਆਰ ਲਿਖ ਕੇ ਭੇਜਦੇ ਆ, ਮੈਡਮ ਇੱਦਾਂ, ਮੈਡਮ ਉਦਾਂ. ਮੈਂ ਸਾਰੇ ਫੈਨਾਂ ਦਾ ਰਿਪਲਾਈ ਕਰਦੀ ਹਾਂ, ਮੈਂ ਕਿਉਂਕਿ ਆਪਾਂ ਖੁਦ ਇਸ ਮਿਹਨਤ ਕੀਤੀ ਹੁੰਦੀ ਹੈ, ਮਿਹਨਤ ਕਰਕੇ ਸੱਚਾ ਪਿਆਰ ਲੋਕਾਂ ਦਾ ਮਿਲਣਾ, ਉਹਦਾ ਨਜ਼ਾਰਾ ਹੀ ਕੁਛ ਵੱਖਰਾ. ਸਹੀ ਗਿਆ. ਔਰ ਅਫਸਾਨਾ ਇਹ ਕੰਪਲੀਮੈਂਟ ਹੀ ਹੁੰਦੇ ਨੇ ਜਿਹੜੇ ਹੌਸਲਾ ਵਧਾਉਂਦੇ ਆ. ਕੁਛ ਵੀ ਹੈ, ਅੱਜ ਤੋਂ 4 ਸਾਲ ਪਹਿਲਾਂ ਵੀ ਅੱਜ ਵੀ ਕੰਪਲੀਮੈਂਟ ਹਮੇਸ਼ਾ ਅੱਛੇ ਲੱਗਦੇ ਔਰ ਹੌਸਲਾ ਵੱਧਦਾ ਹੀ ਵੱਧਦਾ. ਜੇ ਮੈਂ ਵਧੀਆ ਲੱਗਦਾ ਕਾਫੀ, ਮੈਂ ਜਿੱਦਾਂ ਹੁਣ ਵੀ ਮੈਨੂੰ ਮੋਸਟਲੀ ਕਾਫੀ ਕਹਿੰਦੇ ਨੇ ਕਿ ਸਾਡੇ ਪੰਜਾਬ ਦੀ ਨਸੀਬੋ ਲਾਲ, ਵੈਰੀ ਨਾਈਸ, ਮਤਲਬ ਕਾਫੀ ਕੋਈ ਕਹਿੰਦੇ ਨੇ ਨੇਹਾ ਕੱਕੜ, ਤਾਂ ਮੈਨੂੰ ਉਹਨਾਂ ਦੇ ਮੁਕਾਮ ਤੱਕ ਜਦੋਂ ਕੰਪੇਅਰ ਕਰਦੇ ਨੇ ਤਾਂ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਪਹੁੰਚਣਾ ਉੱਥੋਂ ਤੱਕ, ਉਹਨਾਂ 'ਚ ਕੁਛ ਹੈ ਤਾਂ ਦੈਟਸ ਵਾਈ ਆਪਾਂ ਨੂੰ ਉਹਨਾਂ ਨਾਲ ਮਿਲਾਇਆ ਜਾਂਦਾ, ਹੈ ਨਾ. ਸਹੀ ਗੱਲ. ਤਾਂ ਮੈਂ ਫੈਨ ਵੀ ਉਹਨਾਂ ਦੀ ਹਾਂ, ਨੇਹਾ ਕੱਕੜ ਔਰ ਨਸੀਬੋ ਲਾਲ. ਕਿਆ ਬਾਤ ਹੈ. ਬਾਕੀ ਸਾਰਿਆਂ ਨੂੰ ਸੁਣੀਦਾ ਸੁਰੀਲਾ ਸਾਹਿਬ. ਵੈਰੀ ਨਾਈਸ. ਅੱਛਾ, ਜਦੋਂ ਤੁਸੀਂ ਆਪਣਾ ਲਾਈਵ ਸ਼ੋਅ ਕਰਦੇ ਹੁੰਦੇ ਹੋ, ਕਿਹੜਾ ਗਾਣਾ ਅਫਸਾਨਾ ਐਸਾ ਹੈ ਜਿਹਨੂੰ ਗਾਣਾ ਕਿਸੇ ਹੋਰ ਦਾ, ਗਾਉਂਦੇ ਜਦੋਂ ਤੁਸੀਂ ਹੋ ਤਾਂ ਤੁਹਾਨੂੰ ਬਹੁਤ ਦਿਲੋਂ ਵੀ ਤੁਸੀਂ ਗਾਉਂਦੇ ਹੋ ਔਰ ਤੁਹਾਨੂੰ ਪਿਆਰ ਮਿਲਦਾ ਔਰ ਤੁਹਾਨੂੰ ਰਿਕੁਐਸਟ ਵੀ ਉਸਦੀ ਸਭ ਤੋਂ ਵੱਧ ਆਉਂਦੀ ਹੈ, ਕਿਹੜੇ ਗਾਣੇ ਦਾ ਜ਼ਿਕਰ ਕਰੋਗੇ? 2-3 ਗਾਣੇ ਨੇ ਮੋਸਟ ਜਿਹੜੇ ਮੈਂ ਗਾਉਂਦੀ ਹਾਂ ਸਟੇਜ ਦੇ, ਤਾਂ ਮੇਰੇ ਵੀ ਬੜੇ ਦਿਲ ਦੇ ਕਲੋਜ਼ ਨੇ ਉਹ ਗਾਣੇ, ਜਿੱਦਾਂ ਕਿ ਮੈਂ ਨੂਰਾ ਸਿਸਟਰ ਦਾ ਚੰਨੋ ਕਹਿੰਦੀ ਜਾਣਾ ਸੁਣੇ ਯਾਰ ਦੀ ਗੱਲ, ਤਾਂ ਬਾਕੀ ਜੁਗਨੀ ਮੇਰੀ, ਮੈਨੂੰ ਅਫਸਾਨਾ ਖਾਨ ਜੁਗਨੀ ਕਾਫੀ ਕਹਿੰਦੇ ਨੇ ਕਿਉਂਕਿ ਮੈਂ ਬਹੁਤ ਗਾਈ ਹੈ, ਤੇ ਮਤਲਬ ਜਿਹਦਾ ਵੀ ਗਾਣਾ ਗਾਉਂਦੀ ਹਾਂ ਸਾਰੇ ਬਹੁਤ ਪਿਆਰ ਕਰਦੇ ਨੇ, ਡਿਮਾਂਡ ਆਉਂਦੀ ਜੁਗਨੀ ਦੀ ਔਰ ਚੰਨੋ ਵਾਲੇ ਗਾਣੇ ਦੀ ਬਹੁਤ ਆਉਂਦੀ. ਸਾਡੇ ਵੱਲੋਂ ਵੀ ਆ ਗਈ ਫਿਰ ਚੰਨੋ ਦੀ. ਉਹ ਬੜਾ ਸੁਰੀਲਾ ਗਾਣਾ ਗਾਇਆ ਨੂਰਾ ਸਿਸਟਰਸ ਨੇ, ਆਈ ਲਵ ਸੌਂਗ, ਤੇ ਸੀਆਂ ਪਾਵਾਂ ਕੰਧਾਂ ਤੇ ਸੱਜਣਾ ਵੇ ਮੇਰੀ ਅੱਖ ਰਹਿੰਦੀਆਂ ਤੇਰੀਆਂ ਰਾਵਾਂ ਤੇ, ਉਹ ਥਾਂ ਸਭ ਵਸ ਕੇ ਉਜੜੇ ਲੱਗਦੇ ਨੇ ਵੇ, ਆਪਾਂ ਮਿਲਦੇ ਸੀ ਜਿਹੜੀਆਂ ਥਾਵਾਂ ਤੇ ਵੇ, ਭਾਵੇਂ ਪੋਟਾ ਪੋਟਾ ਚਾੜੋ ਮੈਨੂੰ ਯਾਰ ਦੀ ਬਲੀ, ਭਾਵੇਂ ਪੋਟਾ ਪੋਟਾ ਚਾੜੋ ਮੈਨੂੰ ਯਾਰ ਦੀ ਬਲੀ, ਹੋ ਚੰਨੋ ਕਹਿੰਦੀ ਮੈਂ ਤਾਂ ਜਾਣਾ ਸੋਹਣੇ ਯਾਰ ਦੀ ਗਲੀ, ਜੁਗਨੀ ਕਹਿੰਦੀ ਮੈਂ ਤਾਂ ਜਾਣਾ ਸੋਹਣੇ ਯਾਰ ਦੀ ਗਲੀ. ਜਿਹੜੇ ਕਲਾਕਾਰ ਹੁੰਦੇ ਆ, ਜਿਹੜੇ ਕਲਾ ਨੂੰ ਪਿਆਰ ਕਰਦੇ ਆ, ਕਲਾ ਬਾਰੇ ਸੋਚਦੇ ਆ, ਤੇ ਫਿਰ ਉਹੀ ਉਹਦੇ ਚ ਆਪਣੀ ਪਰਫੈਕਸ਼ਨ ਲੈ ਕੇ ਆਉਂਦੇ ਆ, ਇਹ ਕਹਿੰਦੇ ਹੁੰਦੇ ਆ ਕਿ ਖਾਸ ਤੌਰ ਤੇ ਸਿੰਗਰ ਵਾਲੇ ਪਾਸੇ ਕਿ ਇਹਨਾਂ ਦੀ ਪੜ੍ਹਾਈ ਨਾਲ ਬਹੁਤੀ ਬਣਦੀ ਨੀ ਹੁੰਦੀ. ਸਹੀ ਗੱਲ ਹੈ ਜੀ, ਮੈਂ ਸੱਚ ਦੱਸਾਂਗੀ ਕਿਉਂਕਿ ਮੈਂ ਜੋ ਦਿਲ ਦਿਮਾਗ ਤੋਂ ਸੋਚਦੀ ਨਾ ਮੈਂ ਉਹੀ ਬਾਹਰ, ਮੈਨੂੰ ਨਾਟ ਫਾਰਮੈਲਿਟੀ ਨਹੀਂ ਆਉਂਦੀ, ਤੇ ਮੈਂ ਪੜ੍ਹਾਈ ਦੇ ਵਿੱਚ ਪਲੱਸ ਟੂ ਤੱਕ ਹੁਸ਼ਿਆਰ ਸੀਗੀ, ਜਦੋਂ ਸਿੰਗਿੰਗ 'ਚ ਇੰਨਾ ਧਿਆਨ ਨਹੀਂ ਸੀ, ਪਲੱਸ ਟੂ ਤੋਂ ਬਾਅਦ ਜਦੋਂ ਕੀਤੀ ਜ਼ਿਆਦਾ ਸੀਰੀਅਸ ਸਿੰਗਿੰਗ ਨੂੰ ਚੁਣ ਲਿਆ, ਅਤੇ ਇੰਨਾ ਐਪਰੀਸ਼ੀਏਟ ਵੀ ਕਰਨ ਲੱਗ ਗਏ ਸਾਰੇ ਜਾਣੇ, ਜਿਹੜਾ ਵੀ ਕਵੇ ਗਾਣਾ ਜਿੱਥੇ ਮਤਲਬ ਖੜਾਤਾ ਉੱਥੇ ਗਾਤਾ, ਤਾਂ ਮੈਂ ਫਿਰ ਵੀਕ ਹੋ ਗਈ, ਮੇਰਾ ਧਿਆਨ ਸਿੰਗਿੰਗ 'ਚ ਹੋ ਗਿਆ, ਲਾਲਚ ਵੱਧ ਗਿਆ, ਉੱਥੇ ਪ੍ਰੋਗਰਾਮ ਲਾ ਲਈਏ, ਉੱਥੇ ਲਾ ਲਈਏ, ਕੁਛ ਮਜਬੂਰੀਆਂ ਵੀ ਸੀਗੀਆਂ ਪੈਸੇ ਪ੍ਰਤੀ, ਹੈ ਨਾ, ਤਾਂ ਲਾਉਣਾ ਪੈਂਦਾ ਸੀ, ਤਾਂ ਫਿਰ ਮੈਂ ਕਾਲਜ 'ਚ ਪੜ੍ਹਦੀ ਸੀ, ਖਾਲਸਾ ਕਾਲਜ ਪਟਿਆਲਾ, ਤਾਂ ਮੇਰੀ ਉੱਥੇ ਸਾਰੀ ਸਟੱਡੀ ਵੀ ਫ੍ਰੀ ਸੀ ਸਿੰਗਿੰਗ ਦੇ ਕਾਰਨ, ਮੈਨੂੰ ਬਹੁਤ ਸਾਰੇ ਫਾਇਦੇ ਹੋਏ ਨੇ, ਅਤੇ ਮੈਂ ਪਰਫੋਰਮੈਂਸ ਕੀਤੀਆਂ ਯੂਥ ਫੈਸਟੀਵਲ, ਸਾਰੀਆਂ ਆਈਟਮਾਂ ਫਸਟ ਹੁੰਦੀਆਂ ਸੀ, ਅਤੇ ਮੈਂ ਜਦੋਂ ਗਾਉਣਾ ਪੇਪਰ ਆਉਣੇ ਅਤੇ ਪੇਪਰਾਂ 'ਚ ਪਰਚੀਆਂ ਚਲਾਉਣੀਆਂ,
ਤੇ ਮੈਂ ਜਦੋਂ ਪਰਚੀਆਂ ਚਲਾਣੀਆਂ ਤੇ ਮੇਰੇ ਕਾਫੀ ਦੋਸਤ ਸੀਗੇ ਸਿੰਗਰ ਜਿੱਦਾਂ ਮੌਂਟੀ ਵਾਰਸ, ਉਹਨਾਂ ਨੇ ਕਿਹਾ ਅਫਸਾਨਾ ਸਾਡੇ ਵਾਸਤੇ ਵੀ ਲਿਆਈ, ਮੈਂ ਕਹਿਣਾ ਵੀ ਠੀਕ ਹੈ, ਮੈਂ ਡਬਲ ਡਬਲ ਉਹਨਾਂ ਨੂੰ ਕਿਹਾ ਫੋਟੋ ਸਟੇਟ ਕਰਵਾਉਂਦੇ ਆ, ਇੰਨਾ ਮੱਥਾ ਮਾਰਨਾ ਉਹਨਾਂ ਤੇ, ਲੈ ਕੇ ਜਾਣਾ ਸਾਹਮਣੇ ਬੈਂਚ ਤੇ ਮੇਰੀ ਉਹ ਹੋਣੀ ਮਤਲਬ ਸੀਟ ਹੋਣੀ, ਮੈਂ ਸ਼ਰੇਆਮ ਮਤਲਬ ਧੋਖਾ ਦੇ ਜਾਣਾ ਆਪਣੇ ਆਪ ਨੂੰ ਵੀ, ਟੀਚਰ ਨੂੰ ਵੀ, ਪਤਾ ਨੀ ਜਦੋਂ ਵੀ ਫੜੇ ਜਾਣਾ ਮੈਂ ਡਰਦੀ ਨੀ ਸੀ, ਮੈਂ ਮੈਨੂੰ ਪ੍ਰਿੰਸੀਪਲ ਸਰ ਨੇ ਛਡਾ ਲੈਣਾ, ਬਾਹਰਲਾ ਲਾਡਲੀ ਸੀ ਤਾਂ ਸਕੂਲ ਦੀ ਕਾਲਜ ਦੀ ਬੜੀ ਲਾਡਲੀ ਸਟੂਡੈਂਟ ਰਹੀ ਹਾਂ, ਅੱਜ ਵੀ ਮੈਂ ਬਹੁਤ ਪਿਆਰ ਕਰਦੇ ਨੇ, ਹਰ ਫੰਕਸ਼ਨ ਫੈਮਿਲੀ ਫੰਕਸ਼ਨ ਮੈਨੂੰ ਬੁਲਾਉਂਦੇ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਦੇਖੋ ਜੇ ਆਪਾਂ ਗੱਲ ਕਰੀਏ ਕਿ ਤੁਸੀਂ ਅੱਜ ਸਕਸੈਸ ਹੋ, ਲੋਕ ਤੁਹਾਡੀ ਸਕਸੈਸ ਨੂੰ ਦੇਖਦੇ ਆ, ਪਰ ਇਹਦੇ ਪਿੱਛੇ ਦੇਖੋ ਜਿਹੜੇ ਤੁਹਾਨੂੰ ਅੱਜ ਸੁਣ ਰਹੇ ਹੈ ਉਹ ਲੋਕ, ਉਹ ਫੈਨ ਤੁਹਾਡੇ ਹੋਰ ਵੀ ਜ਼ਿਆਦਾ ਬਣਨਗੇ ਕਿਉਂਕਿ ਤੁਹਾਡੇ ਦਿਲ ਦੀਆਂ ਗੱਲਾਂ ਨੇ ਸਾਰੀਆਂ। ਜੇ ਮੈਂ ਇਹ ਪੁੱਛਾਂ ਤੁਹਾਡੀ ਸਕਸੈਸ ਨੂੰ ਤਾਂ ਦੇਖ ਰਹੇ ਆ, ਪਰ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਇਹ ਵੀ ਪਤਾ ਹੋਊਗਾ ਕਿ ਅਫਸਾਨਾ ਨੇ ਇਹ ਔਖੇ ਦੌਰ ਵੀ ਦੇਖੇ ਹੈ। ਜੇ ਮੈਂ ਸਭ ਤੋਂ ਔਖਾ ਦੌਰ ਪੁੱਛਾਂ, ਕਿਹੜਾ ਕਿਹੜਾ ਦਿਨ ਸੀ, ਕਿਹੜੇ ਕਿਹੜੇ ਦਿਨ ਸੀ ਉਹ? ਮੈਂ ਮੇਰੀ ਵੈਸੇ ਤਾਂ ਰਾਈਜ਼ਿੰਗ ਸਟਾਰ 'ਚ ਸਾਰਿਆਂ ਨੇ ਸਟੋਰੀ ਦੇਖੀ ਹੈ, ਅਤੇ ਉਹ ਇੱਦਾਂ ਸੀ ਕਿ ਜਦੋਂ ਇੱਕ ਬਾਪ ਦਾ ਸਾਇਆ ਕਹਿੰਦੇ ਉੱਠ ਜਾਂਦਾ ਹੱਥ, ਹੈ ਨਾ, ਤਾਂ ਬੜੀਆਂ ਪ੍ਰੋਬਲਮ ਦਾ ਸਾਨੂੰ, ਅਸੀਂ ਪੰਜ ਭੈਣਾਂ ਇੱਕ ਭਰਾ, ਤਾਂ ਮੰਮੀ ਮੇਰੇ ਕੋਈ ਨਾਨਕਾ ਦਾਦਕਾ ਕਿਸੇ ਪਰਿਵਾਰ ਨੇ ਸਾਥ ਨਹੀਂ ਦਿੱਤਾ, ਮੰਮੀ ਨੇ ਬਹੁਤ ਮਿਹਨਤ ਕੀਤੀ, ਗੁਰਦੁਆਰਿਆਂ ਦੇ ਵਿੱਚ ਰੋਟੀ ਬਣਾਈ, ਅਸੀਂ ਉੱਥੋਂ ਖਾਧੀ ਹੋਈ ਆ, ਅਤੇ ਮਤਲਬ ਬਹੁਤ, ਮੈਂ ਜਿੰਨਾ ਵੀ ਦੱਸਾਂ ਕਿ ਮੈਂ ਖੁਦ ਇਮੋਸ਼ਨਲ ਹੋ ਜਾਂਦੀ ਹਾਂ, ਹੈ ਨਾ, ਤਾਂ ਕਿ ਬਹੁਤ ਜ਼ਿਆਦਾ ਦੁੱਖ ਦੇਖ ਕੇ ਮੈਂ ਅੱਗੇ ਆ ਰਹੀ ਹਾਂ, ਅਤੇ ਮੈਂ ਅੱਗੇ ਹੋਰ ਜਾਣਾ, ਇਹ ਮੇਰਾ ਮਤਲਬ ਦਿਲ ਕਹਿੰਦਾ। ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਬਾਕੀ ਔਰ ਰੱਬ, ਹੈ ਨਾ, ਰੱਬ ਦੀ ਰਜ਼ਾ ਹੁੰਦੀ ਹੈ ਔਰ ਬਾਕੀ ਮਿਹਨਤ ਕਰੀ ਜਾ ਰਹੇ ਹੋ ਤੁਸੀਂ। ਅੱਛਾ ਦੇਖੋ, ਜਿਵੇਂ ਆਪਾਂ ਰਿਐਲਿਟੀ ਸ਼ੋਅਜ਼ ਦੀ ਗੱਲ ਕਰਦੇ ਸੀਗੇ, ਕਿਹੜਾ ਗਾਣਾ ਐਸਾ ਰਿਹਾ ਅਫਸਾਨਾ ਜਿਹੜਾ ਤੁਹਾਨੂੰ ਸਭ ਤੋਂ ਅੱਜ ਤੱਕ ਔਖਾ ਲੱਗਿਆ ਗਾਣਾ? ਜੇ ਮੈਂ ਔਖੇ ਗਾਣੇ ਦੀ ਗੱਲ ਪੁੱਛਾਂ, ਕੀ ਸੀ ਉਸ ਗਾਣੇ 'ਚ, ਕਿਉਂ ਔਖਾ ਲੱਗਿਆ ਉਹ? ਔਖਾ ਜਦੋਂ ਆਪਾਂ ਗਾਣੇ ਆ ਇਸ ਗਾਣੇ, ਹੈ ਨਾ, ਤਾਂ ਹਰ ਕੋਈ ਪਰਫੈਕਟ ਵੀ ਨਹੀਂ ਹੁੰਦਾ, ਅਤੇ ਜੇ ਮੈਂ ਕਹਾਂ ਮੈਂ ਪਰਫੈਕਟ ਹਾਂ, ਸਾਰੇ ਕੰਪੀਟੀਸ਼ਨ ਜਦੋਂ ਆਪਾਂ ਲੜਦੇ ਨਾ ਤਾਂ ਡਰ ਹੁੰਦਾ ਹੀ ਆ, ਹੈ ਨਾ, ਵੀ ਕੋਈ ਸਟੇਜ ਕਿਸੇ ਦੀ ਮਿੱਥ ਨਹੀਂ ਹੈਗੀ ਕੀ ਹੋ ਜਾਏ ਕੁਛ, ਅਤੇ ਵੱਡੇ ਵੱਡੇ ਖਾਨ ਸਾਹਿਬ ਬੇਸ ਹੋ ਰਹੇ ਨੇ, ਆਪਾਂ ਤਾਂ ਫਿਰ ਵੀ ਬੱਚੇ ਹਾਂ ਉਹਨਾਂ ਦੇ, ਹੈ ਨਾ, ਅਤੇ ਲਾਈਕ ਜਦੋਂ ਗਾਉਣਾ ਸੀਗਾ ਗਾਣਾ, ਮੈਨੂੰ ਅੜਚਨ ਆਈ ਸੀਗੀ, ਜੂਮ 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 ਬਾਬਾ ਹਿੰਦੀ ਬੋਲਣੀ ਸੀਗੀ, ਅਤੇ ਉਹਦੇ 'ਚ ਜ਼ਿਆਦਾ ਨਹੀਂ ਸੀ, ਬਸ ਉਹ ਪਤਾ ਸੀ ਕਿ ਜਾਣਾ ਨਿਕਲ ਜਾਂਗੇ ਘਰੋਂ, ਆਹ ਡਰ ਦੇ ਕਾਰਨ ਬਸ ਮੈਂ ਥੋੜ੍ਹਾ ਜਿਹਾ ਹੋ ਗਈ ਸੀਗੀ, ਅਤੇ ਆਊਟ ਹੋ ਗਈ, ਜਿਹੜੇ ਗਾਣੇ ਤੋਂ ਆਊਟ ਹੋਈ ਹਾਂ ਉਹਨੂੰ ਹੀ ਪੂਰਾ ਸਮਝਾਂਗੀ। ਅੱਛਾ ਦੇਖੋ, ਉਸ ਤੋਂ ਬਾਅਦ ਜਿਵੇਂ ਜਿੰਨੇ ਵੀ ਮੇਲ ਸਿੰਗਰ ਹੈ ਪੰਜਾਬ ਦੇ ਵਿੱਚ ਜਿਹੜੇ ਤੁਹਾਡੇ ਤੱਕ ਪਹੁੰਚ ਕਰਦੇ ਆ ਕਿ ਅਫਸਾਨਾ ਤੁਸੀਂ ਗਾਓ, ਔਰ ਅਫਸਾਨਾ ਦਾ ਉਸਦੇ ਵਿੱਚ ਥੋੜ੍ਹਾ ਜਿਹਾ ਪੀਸ ਹੁੰਦਾ, ਅੰਤਰਾ ਹੁੰਦਾ, ਜਾਂ ਪੈਦਾ ਕਹਿ ਲਈਏ, ਔਰ ਜਦੋਂ ਅਫਸਾਨਾ ਆਪਣੀ ਲਾਈਫ ਸ਼ੋਅ ਕਰਦੀ ਹੈ, ਫਿਰ ਅਫਸਾਨਾ ਪੂਰਾ ਗਾਉਂਦੀ ਹੈ? ਹਾਂਜੀ ਪੂਰਾ ਗਾਉਂਦੀ ਹੈ। ਅਰੇ ਵੈਰੀ ਨਾਈਸ। ਔਰ ਜਦੋਂ ਉਹ ਆਇਆ ਸੀ ਨਾ ਤੁਹਾਡਾ ਚੇਤਾ ਕਰਦਾ, ਉਹਦਾ ਸੱਜਣ ਅਦੀਬ ਹੋਣਾ ਦਾ, ਉਹਦੇ 'ਚ ਬੜੀਆਂ ਪਿਆਰੀਆਂ ਲਾਈਨ ਸੀਗੀਆਂ, ਔਰ ਜਦੋਂ ਤੁਹਾਡੀਆਂ ਲਾਈਨ ਸ਼ੁਰੂ ਹੁੰਦੀਆਂ ਉਸ ਤੋਂ ਪਹਿਲਾਂ ਅੰਤਰਾ ਹੁੰਦਾ, ਫਿਰ ਤੁਹਾਡੀਆਂ ਲਾਈਨ ਸ਼ੁਰੂ ਹੁੰਦੀ ਹੈ। ਮੈਂ ਚਾਹ ਰਿਹਾ ਸੀਗਾ ਪਹਿਲਾਂ ਉਹ ਅੰਤਰਾ ਗਾਓਗੇ ਤੁਸੀਂ, ਫਿਰ ਉਹ ਲਾਈਨ ਆਣ ਦਿਓ, ਜੇ ਪਛਾਣ ਜਾਓਗੇ ਤਾਂ ਅੰਤਰਾ ਹੋ ਪੱਤਿਆਂ ਤੇ ਲਿਖ ਸਰਨਾਵੇਂ ਤੇਰੇ ਵੱਲ ਕੱਲਦੇ ਆ, ਗੁੱਸਾ ਗਿਲਾ ਛੱਡ ਦੇਈਦਾ, ਵਾਪਸ ਮੁੜ ਚੱਲ ਦੇ ਆ। ਮੁੜਕੇ ਅੱਗੇ ਨਹੀਂ ਯਾਦ ਮੁਝੇ, ਫਿਰ ਮੇਰੀ ਲਾਈਨ ਸੀ, ਤੁਹਾਡੀ ਲਾਈਨ ਹੈ। ਹਾਂ, ਦਿਲ ਦੀ ਗੱਲ ਖੂਹ ਤੋਂ ਡੂੰਘੀ ਦੱਸਦੀ ਆ ਤੈਨੂੰ ਵੇ, ਅੱਜ ਵੀ ਤੇਰੀ ਯਾਦ ਸੋਹਣਿਆ ਆਉਂਦੀ ਹੈ ਮੈਨੂੰ ਵੇ, ਅੱਖਾਂ ਵਿੱਚ ਤਸਵੀਰ ਤੇਰੀ ਵੇ, ਖੇੜੇ ਲੱਗੇ ਹੀਰ ਤੇਰੀ ਵੇ, ਪਾਣੀ ਤੇ ਲੀਕਾਂ ਵੱਜੀਆਂ ਦਿਸਿਆਂ ਦਾ ਸ਼ਕੀਨ ਹੋਵੇ, ਪਾਣੀ ਤੇ ਲੀਕਾਂ ਵੱਜੀਆਂ ਦਿਸਿਆਂ ਦਾ ਸ਼ਕੀਨ ਹੋਵੇ। ਵੈਰੀ ਨਾਈਸ, ਵੈਰੀ ਨਾਈਸ। ਅੱਛਾ ਅਫਸਾਨਾ, ਦੇਖੋ ਤੁਹਾਡੇ ਤੋਂ ਫਿਲਮਾਂ 'ਚ ਗਾਣਿਆਂ ਲਈ ਵੀ ਪਹੁੰਚ ਹੁੰਦੀ ਹੈ, ਤੁਸੀਂ ਸੋਲੋ ਸੌਂਗ ਵੀ ਗਾਉਂਦੇ ਹੋ, ਜਦੋਂ ਫਿਲਮਾਂ ਵਾਲੇ ਗਾਣਿਆਂ ਦੀ ਪਹੁੰਚ ਹੁੰਦੀ ਹੈ, ਕਿਸ ਨੂੰ ਤੁਸੀਂ ਜ਼ਿਆਦਾ ਪਹਿਲ ਦਿੰਦੇ ਹੋ? ਸਮਝ ਲਓ ਇੱਕੋ ਟਾਈਮ 'ਤੇ ਦੋ ਚੀਜ਼ਾਂ ਆ ਗਈਆਂ ਤੁਹਾਡੇ ਲਈ, ਤੁਸੀਂ ਕਿਸ ਨੂੰ ਪਹਿਲ ਦਿਓਗੇ? ਕੀ ਫਿਲਮ 'ਚ ਗਾਏ ਹੋਏ ਗਾਣੇ ਨੂੰ ਪਹਿਲ ਦਿਓਗੇ ਜਾਂ ਸੋਲੋ ਨੂੰ ਦਿਓਗੇ? ਕੀ ਹੁੰਦਾ ਇਹਦੇ 'ਚ, ਕੀ ਡਿਫਰੈਂਸ? ਤੁਹਾਨੂੰ ਇਹ ਲੱਗਦਾ ਕਿ ਜਿਵੇਂ ਫਿਲਮ ਲਈ ਗਾਵਾਂ ਤਾਂ ਜ਼ਿਆਦਾ ਅੱਛਾ ਰਹਿੰਦਾ ਕਿਉਂਕਿ ਪ੍ਰਮੋਸ਼ਨ ਕੁਦਰਤੀ ਤੌਰ 'ਤੇ ਹੋ ਜਾਂਦੀ ਹੈ, ਇਹ ਚੀਜ਼ ਰਹਿੰਦੀ ਹੈ ਦਿਮਾਗ 'ਚ? ਫਿਲਮ ਨੂੰ ਜ਼ਿਆਦਾ ਕਰਾਂਗੇ, ਸੋਲੋਜ਼ ਤਾਂ ਕਾਫੀ ਜ਼ਿਆਦਾ ਕਰਦੇ ਰਹਿੰਦੇ ਹਾਂ, ਔਰ ਫਿਲਮ ਹੁੰਦੀ ਹੈ ਇੱਕ
ਬਹੁਤ ਵੱਡੇ ਪਰਦੇ ਤੇ ਸਾਹਮਣੇ ਆਉਂਦੀ ਹੈ ਨਾ, ਤਾਂ ਦੈਟਸ ਵਾਈ ਉਹਦੀ ਪ੍ਰਮੋਸ਼ਨ ਬਹੁਤ ਅੱਛੀ ਹੁੰਦੀ ਹੈ, ਤਾਂ ਫਿਲਮ ਨੂੰ ਜ਼ਿਆਦਾ ਮੈਂ ਉਹ ਕਰਾਂਗੀ। ਵੈਰੀ ਨਾਈਸ। ਤੇ ਹੁਣ ਜਿਵੇਂ ਜੇ ਆਪਾਂ ਅਗਲੇ ਤੁਹਾਡੇ ਪ੍ਰੋਜੈਕਟਸ ਦੀ ਗੱਲ ਕਰੀਏ, ਅੱਗੇ ਅਫਸਾਨਾ ਫਿਰ ਕਦੋਂ ਕਦੋਂ ਤੇ ਕਿੱਥੇ ਕਿੱਥੇ ਗੂੰਜਣ ਵਾਲੀ ਹੈ? ਮੇਰਾ ਮੂਵੀ ਦੇ ਵਿੱਚ ਗਾਣਾ ਆ ਰਿਹਾ, ਦਸਵੰਤ ਮੂਵੀ ਆ ਰਹੀ ਹੈ। ਅੱਛਾ। ਦਸਵੰਤ ਮੂਵੀ ਦਾ ਟਾਈਟਲ ਸੌਂਗ ਮੈਂ ਗਾਇਆ, ਬਹੁਤ ਸਾਰੇ ਲਾਈਕ ਅੱਛਾ ਗਾਣਾ ਹੈ, ਸਾਰਿਆਂ ਨੂੰ ਪਸੰਦ ਆਏਗਾ। ਡਿਫਰੈਂਟ ਥੀਮ ਹੈ ਦਸਵੰਤ, ਕਿਉਂਕਿ ਹਰ ਕੋਈ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਰੀ ਜਾਂਦਾ ਹੈ ਨਾ, ਗਾਣੇ ਗੱਡੀਆਂ 'ਤੇ ਆ ਗਏ, ਨੱਡੀਆਂ 'ਤੇ ਆ ਗਏ, ਤਾਂ ਦਸਵੰਤ ਇੱਕ ਥੀਮ ਬਹੁਤ ਪਿਆਰਾ ਹੈ, ਤਾਂ ਉਹ 'ਤੇ ਗਾਣਾ ਆ ਰਿਹਾ, ਟਾਈਟਲ ਸੌਂਗ ਮੈਂ ਗਾਇਆ, ਬਹੁਤ ਜਲਦੀ ਰਿਲੀਜ਼ ਹੋਏਗਾ। ਜਿਹੜੀਆਂ ਪਾਕਿਸਤਾਨ ਦੀਆਂ ਗਾਇਕਾਵਾਂ ਨੇ, ਲਹਿੰਦੇ ਪੰਜਾਬ ਦੀਆਂ ਗਾਇਕਾਵਾਂ ਨੇ, ਉਹਨਾਂ ਨੂੰ ਸੁਣਿਆ ਤਾਂ ਬਹੁਤ ਅਫਸਾਨਾ ਨੇ, ਆਪਣੇ ਲਾਈਵ ਸ਼ੋਅ ਦੇ ਵਿੱਚ ਕਿਹਦਾ ਗਾਇਆ ਹੋਇਆ ਸਭ ਤੋਂ ਵੱਧ ਗਾਣਾ ਤੁਸੀਂ ਅਕਸਰ ਗਾਈ ਲੈਂਦੇ ਹੋ ਉਹਨਾਂ ਦਾ? ਮੈਂ ਨਸੀਬੋ ਲਾਲ ਜੀ ਨੂੰ ਲਾਈਕ ਕਰਦੀ ਹਾਂ, ਤੇ ਬਾਕੀ ਅਫਸ਼ਾਂ ਜੀ ਨੂੰ ਵੀ ਸੁਣਿਆ ਹਨਾ, ਰੇਸ਼ਮਾ ਜੀ ਨੂੰ ਵੀ ਸੁਣਿਆ, ਲੰਬੀ ਜਦਾਈ, ਉਹ ਤਾਂ ਸਾਰੇ ਸਾਰੇ ਉਹ ਸਾਡੀਆਂ ਮਾਵਾਂ ਦੇ ਬਰਾਬਰ ਮਾਵਾਂ ਹੀ ਨੇ, ਅਸੀਂ ਤਾਂ ਬੱਚੇ ਉਹਨਾਂ ਦੇ, ਸਹੀ ਗੱਲ ਸਹੀ ਗੱਲ, ਤਾਂ ਉਹਨਾਂ ਨੂੰ ਸੁਣਦੀ ਹਾਂ, ਸਰੀਲਾ ਮੈਂ ਸੁਣਦੀ ਹਾਂ। ਤੇ ਨਸੀਬੋ ਹੁਣਾਂ ਦਾ ਉਹ ਗਾਣਾ ਤੁਸੀਂ ਪੱਕਾ ਹੀ ਗਾਇਆ ਹੋਊਗਾ, ਉਹ ਤਾਂ ਐਵੇਂ ਰੁੱਸਿਆ ਨਾ, ਐਵੇਂ ਰੁੱਸਿਆ ਨਾ ਕਰ ਵੀ, ਔਰ ਕਦੀ ਤੇ ਹੱਸ ਬੋਲ ਵੀ ਸਾਰੇ, ਉਹ ਤਾਂ ਮੈਨੂੰ ਲੱਗਦਾ ਤੁਹਾਡੇ ਬੀਟ 'ਚ ਵੀ ਜਦੋਂ ਤੁਸੀਂ ਹੈ ਨਾ, ਤੁਹਾਨੂੰ ਲਾਈਵ ਸ਼ੋਅ ਦੇ ਦੌਰਾਨ ਬੀਟ ਦੀ ਹੈ ਨਾ ਉਹ ਪੈਂਦੀ ਹੈ, ਤਾਂ ਫਿਰ ਤੁਸੀਂ ਇਹ ਨਾਲ ਹੀ ਆ ਜਾਂਦਾ ਹੈ ਨਾ। ਅੱਛਾ, ਕੀ ਅਫਸਾਨਾ ਨੂੰ ਇਹ ਵੀ ਲੱਗਦਾ ਕਿ ਉਹਦੀ ਲਾਇਬ੍ਰੇਰੀ ਦੇ ਵਿੱਚ ਜਿੰਨੇ ਸੌਂਗਸ ਨੇ ਉਹਨਾਂ 'ਚ ਇਹ ਗਾਣਿਆਂ ਦੀ ਤਾਦਾਦ ਜ਼ਿਆਦਾ ਹੋਵੇ? ਦੇਖੋ, ਨੋ ਡਾਊਟ ਤੁਹਾਡੀ ਆਵਾਜ਼ 'ਤੇ ਸੋਜ਼ ਰੋਮੈਂਟਿਕ ਬੇਹੱਦ ਬਿਹਤਰੀਨ ਲੱਗਦਾ, ਪਰ ਅਫਸਾਨਾ ਨੂੰ ਖੁਦ ਵੀ ਲੱਗਦਾ ਕਿ ਯਾਰ ਮੇਰੇ 'ਤੇ ਇਹ ਚੀਜ਼ ਦੀ ਸਟੈਂਪ ਨਹੀਂ ਲੱਗਣੀ ਚਾਹੀਦੀ, ਮੇਰੇ ਕੋਲ ਮੇਰੀ ਲਾਇਬ੍ਰੇਰੀ 'ਚ ਬੀਟ ਵੀ ਹੋਣਾ ਚਾਹੀਦਾ, ਬੀਟ ਵੀ ਗਾਣੀ ਹੈ। ਔਰ ਮੈਨੂੰ ਕਿਉਂਕਿ ਮੈਨੂੰ ਮੈਨੂੰ ਪਤਾ ਹੈ ਜਦੋਂ ਤੁਸੀਂ ਉਹ ਗਾਇਆ ਸੀਗਾ, ਕਿਹੜਾ ਦੂਲੇ ਵਾਲਾ ਕਿਹੜਾ ਸੀਗਾ, ਉਹ ਹਟਦੇ ਨਹੀਂ ਹੁੰਦੇ ਉਹਦੇ ਯਾਰ, ਗੁੱਸੇ ਵਾਲਾ, ਅੱਛਾ ਲਾੜੇ ਨੂੰ ਗੁੱਸਾ, ਲਾੜੇ ਨੂੰ ਗੁੱਸਾ ਆ ਗਿਆ, ਉਹ ਗਾਇਆ ਸੀਗਾ ਇੱਕ, ਤੁਸੀਂ ਉਹ ਗਾਇਆ ਸੀਗਾ ਇੱਕ, ਯੰਕਣੇ ਸੀਗਾ, ਯੰਕਣਾ ਗਾਣਾ ਇੱਕ, ਮੇਰਾ ਪੱਗ ਦੀ ਪੂਣੀ ਮਤਲਬ ਹੁਣੇ ਰਿਲੀਜ਼ ਹੋਇਆ ਤੀਆਂ ਦੇ ਮੇਲੇ 'ਤੇ ਪਰਸੋਂ, ਹਾਂ 15 ਅਗਸਤ ਨੂੰ, ਤੇ ਮੈਨੂੰ ਲੱਗਦਾ ਇਹ ਗਾਣਿਆਂ ਨੂੰ ਕਰਨ ਦੇ ਪਿੱਛੇ ਦਿਮਾਗ 'ਚ ਇਹੀ ਰਹਿੰਦਾ ਕਿ ਮੇਰੀ ਲਾਇਬ੍ਰੇਰੀ 'ਚ ਬੀਟ ਦੀ ਵੀ ਪੂਰੀ ਤਾਦਾਦ ਹੋਣੀ ਚਾਹੀਦੀ, ਬੀਟ ਵੀ ਕਾਫੀ ਆ ਰਹੇ ਨੇ, ਕਾਫੀ ਜ਼ਿਆਦਾ ਬੀਟ, ਡੂਅਟ ਸੌਂਗ ਵੀ ਆ ਰਹੇ ਨੇ ਵਧੀਆ ਬੀਟ ਵੀ, ਮੈਂ ਕਹਿੰਦੀ ਜੇ ਜਿਸ ਲਾਈਨ 'ਚ ਪਏ ਆ ਨਾ ਆਪਾਂ ਸਿੰਗਿੰਗ 'ਚ ਪਏ, ਤਾਂ ਉਹਦੇ 'ਚ ਹਰ ਚੀਜ਼ 'ਚ ਪਰਫੈਕਟ ਹੋਵੋ, ਜੇ ਡੂਇਟ ਆ ਗਏ ਤੁਹਾਡੇ ਕੋਲ ਉਹ ਵੀ ਕਰੋ, ਜੇ ਤੁਹਾਡੇ ਕੋਲ ਬੀਟ ਰੋਮੈਂਟਿਕ ਸੈਡ ਮੂਵੀ ਦਾ ਆ ਗਿਆ, ਹਿੰਦੀ ਦਾ ਆ ਗਿਆ, ਸਾਰਾ ਮਤਲਬ ਤੁਸੀਂ ਸਿੰਗਰ ਹੋ ਤਾਂ ਸਿੰਗਰ ਨੂੰ ਗਾਣਾ ਹਰ ਤਰ੍ਹਾਂ ਦਾ ਹੀ ਗਾਉਣਾ ਆਉਣਾ ਚਾਹੀਦਾ, ਇਹ ਵੀ ਗੱਲ ਹੈ, ਕਿਉਂਕਿ ਸਰੋਤੇ ਨਹੀਂ ਪਤਾ ਕੀ ਡਿਮਾਂਡ ਕਰ ਰਹੇ, ਸਰੋਤੇ ਐਸੇ ਸੁਰੀਲੇ ਬੈਠੇ ਨੇ, ਗਜ਼ਲ ਕਹਿ ਦਿੰਦੇ ਨੇ, ਸੂਫੀਆਨਾ ਕਹਿ ਦਿੰਦੇ, ਫਿਰ ਗਾਣਾ ਪੈਂਦਾ। ਔਰ ਜਿਵੇਂ ਹੁਣ ਪਹਿਲਾਂ ਆਪਾਂ ਯੰਕਣੇ ਦੀ ਗੱਲ ਕਰਦੇ ਸੀਗੇ, ਫਿਰ ਇਸ ਤੋਂ ਬਾਅਦ ਮੈਂ ਅਗਲਾ ਸਵਾਲ ਪੁੱਛਦਾ, ਜੇ ਮੈਂ ਕਹਿੰਦਾ ਸੀ ਯੰਕਣੇ ਦੋ ਬੋਲ ਹੋ ਜਾਣਾ, ਇੱਥੇ ਵੀ ਬੀਟ ਵਾਲਾ ਮਾਹੌਲ ਹੋ ਜੇ, ਸਮਝ ਲਓ ਥੋੜ੍ਹਾ ਜਿਹਾ। ਮੰਨਿਆ ਕਿ ਪੜ੍ਹੀ ਲਿਖੀ ਘੱਟ ਮੱਖਣਾ, ਸੋਹਣੀ ਤਾਂ ਮੈਂ ਸੋਹਣੀ ਆ ਤੂੰ ਅੱਤ ਮੱਖਣਾ, ਸਾਰਾ ਦਿਨ ਔਨਲਾਈਨ ਰਹਿਣਾ ਹੋਰਾਂ ਨਾਲ, ਸੋਚਣਾ ਮੇਰੇ ਲਈ ਟਾਈਮ ਕੱਢ ਵੀ ਦਿਆ, ਪਿੱਛੇ ਲਾਈ ਫਿਰੇ 5-7 ਯੈਂਕਣਾ, ਇੱਕ ਅੱਧੀ ਹੋਵੇ ਜੱਟਾ ਛੱਡ ਵੀ ਦਿਆ। ਹਾਏ ਹਾਏ ਬਿਹਤਰੀਨ। ਅਤੇ ਜਿਵੇਂ ਜੇ ਬਾਈ ਚਾਂਸ ਇਹ ਹੁੰਦਾ ਲਾਈਵ ਸ਼ੋਅ 'ਚ, ਇਹ ਹਰੇਕ ਕਲਾਕਾਰ ਨਾਲ ਹੁੰਦਾ, ਲਾਈਵ ਸ਼ੋਅ 'ਚ ਕੋਈ ਤੁਹਾਨੂੰ ਆ ਕੇ ਕਹਿੰਦਾ ਉਹੀ ਵਾਲਾ ਗਾਣਾ ਗਾਓ ਜਿਹੜਾ ਥੋੜ੍ਹੇ ਦੇਰ ਪਹਿਲਾਂ ਗਾਇਆ ਸੀਗਾ, ਮਾਹੌਲ ਹੁੰਦਾ ਨਹੀਂ ਹੈ ਨਾ, ਫਿਰ ਤੁਸੀਂ ਕੀ ਕਰਦੇ ਹੋ ਉਸ ਸਿਚੁਏਸ਼ਨ ਸੰਭਾਲਣ ਲਈ? ਕੀ ਤੁਸੀਂ ਬੀਟ ਚੱਕਣ ਲਈ ਢੋਲ ਵਾਲੇ ਨੂੰ ਕਹਿ ਦਿੰਦੇ ਢੋਲ ਵਜਾਈ ਚੱਲੀ ਮੈਂ ਜੋ ਮਰਜ਼ੀ ਗਾਵਾਂ? ਜਾਂ ਉਹ ਜਿਹਨੇ ਡਿਮਾਂਡ ਕਰਤੀ ਉਹਨਾਂ ਨੂੰ ਥੋੜ੍ਹਾ ਕਹਿੰਦਾ ਕਿ 2 ਮਿੰਟ ਵੇਟ ਕਰੋ, ਅਸੀਂ ਆਪਦਾ ਜਿਹੜਾ ਗਾ ਰਹੇ ਉਹਨੂੰ ਕੰਪਲੀਟ ਕਰੀਏ, ਦੈਨ ਤੁਹਾਡੀ ਜਿਹੜੀ ਰਿਕੁਐਸਟ ਆ ਉਹਦੀ ਪੂਰੀ ਕਰਾਂਗੇ। ਕਈ ਵਾਰੀ ਇੱਦਾਂ ਹੁੰਦਾ ਕਿ ਤੁਸੀਂ ਕੰਪੋਜੀਸ਼ਨ ਚੇਂਜ ਕਰ ਦਿੰਦੇ ਹੋ, ਜਾਂ ਤੁਹਾਨੂੰ ਇਹ ਲੱਗਦਾ ਕਿ ਯਾਰ ਹੁਣ ਬੀਟ ਦੀ ਲੋੜ ਹੈ, ਮਾਹੌਲ ਬੀਟ ਵਾਲਾ ਬਣਿਆ ਹੋਇਆ, ਗਾਣਾ ਸੈਡ ਕਰਦਾ ਤਾਂ ਚੱਲਣ ਬੀਟ ਦੀ ਸੈਡ, ਬਾਕੀ ਜੇ ਬੀਟ ਚੱਲਦੇ ਪਏ ਮੋਸਟਲੀ ਅੱਜ ਕੱਲ੍ਹ ਗਾਣੇ ਤਾਂ ਭੈਰਵੀ ਰਾਗ ਹੁੰਦੇ ਨੇ ਉਹਨਾਂ ਦੇ ਵਿੱਚ ਹੈ ਨਾ, ਦਰਬਾਰੀ ਭੈਰਵੀ, ਤਾਂ ਉਹ ਸੰਭਾਲ ਲਈਦਾ ਜਿੱਦਾਂ ਦੇ ਸਰੋਤਿਆਂ ਦੇ ਉੱਦਾਂ ਦਾ ਟ੍ਰੀਟ ਕਰ ਲਈਦਾ। ਹਾਂ ਇਹ ਵੀ ਗੱਲ ਹੈਗੀ, ਇਹ ਵੀ ਗੱਲ। ਅੱਛਾ, ਜਿਵੇਂ ਅੱਜ ਕੱਲ੍ਹ 'ਚ ਹਰ ਦਿਨ 'ਚ ਗਾਣੇ ਆਉਂਦੇ, ਹਰ ਦਿਨ ਨਵੇਂ ਗਾਣੇ ਰਿਲੀਜ਼ ਹੁੰਦੇ, ਔਰ ਅਫਸਾਨਾ ਖੁਦ ਕਿੰਨਾ ਕੁ ਖਿਆਲ ਰੱਖਦੀ ਹੈ ਯਾਰ ਕਿ ਅੱਜ ਕੋਈ ਗਾਣਾ ਆਇਆ ਨਹੀਂ ਆਇਆ, ਕੀ ਪੂਰਾ ਪ੍ਰੋਪਰ ਤੁਹਾਨੂੰ ਖਿਆਲ ਰਹਿੰਦਾ ਕਿ ਯਾਰ ਅੱਛਾ ਅੱਜ ਇਹ ਗਾਣੇ ਲਾਂਚ ਹੋਏ ਆ? ਮੈਨੂੰ ਨਹੀਂ ਰਹਿੰਦਾ ਇਹਨਾਂ, ਨਹੀਂ ਰਹਿੰਦਾ, ਨਹੀਂ। ਫਿਰ ਤੁਹਾਨੂੰ ਦੱਸਦਾ ਕੌਣ ਹੈ? ਪਤਾ ਨਹੀਂ, ਆਪਣੇ ਆਪ ਹੀ ਪਤਾ ਲੱਗ ਜਾਂਦਾ, ਪਰ ਇੰਨਾ ਜੇ ਮੈਂ ਕਹਾਂ ਕਿ ਮੈਂ ਇੰਟਰਸਟ ਰੱਖਦੀ ਹਾਂ ਵੀ ਕਿਹਦਾ ਆ ਰਿਹਾ ਕਿਆ ਹੋ ਰਿਹਾ, ਮੈਨੂੰ ਕੁਛ ਨਹੀਂ ਪਤਾ ਹੁੰਦਾ ਇੰਨਾ, ਮੈਂ ਸਿੰਗਿੰਗ 'ਚ ਰਹਿ ਕੇ, ਕਿਉਂਕਿ ਮੈਂ ਥੋੜ੍ਹਾ ਆਪਣੀ ਮੌਜ 'ਚ ਰਹਿ ਕੇ ਖੁਸ਼ ਹਾਂ, ਮੈਂ ਜੋ ਮਤਲਬ ਕਰਨਾ ਮੇਰੇ ਫੋਨ 'ਚ ਦੇਖ ਲਿਆ, ਜਾਂ ਕੋਈ ਨਵੇਂ ਹੋ ਐਨ, ਜ਼ਿਆਦਾ ਮੈਨੂੰ ਨਹੀਂ ਪਤਾ ਵੀ ਕਿਹਦੇ ਨਵੇਂ ਸਿੰਗਰਾਂ ਦੇ ਗਾਣੇ ਕਿਆ ਹੋਰ ਕਿਆ ਹੋਰ, ਪਤਾ ਨਹੀਂ।
ਠੀਕ ਹੈ, ਆਪਣੀ ਮੌਤ ਹੀ ਰਹਿਣਾ ਚਾਹੀਦਾ ਨਾ, ਉਹ ਕਹਿੰਦੇ ਆ ਨਾ ਮੈਂ ਸਮੁੰਦਰਾਂ ਤੋਂ ਸਿੱਖਿਆ ਹੈ ਜਿਉਣ ਦਾ ਸਲੀਕਾ, ਚੁੱਪ ਚਾਪ ਬਹਿਣਾ ਆਪਣੀ ਮੌਜ ਵਿੱਚ ਰਹਿਣਾ, ਹੈ ਨਾ ਆਹੀ ਚੀਜ਼। ਓਕੇ, ਜਾਂਦੇ ਜਾਂਦੇ ਨਾ ਤੁਹਾਡਾ ਉਹ ਗਾਣਾ ਜਿਹੜਾ ਗੈਰੀ ਹੋਣਾ ਨੇ ਵੀ ਤੁਹਾਨੂੰ ਬਹੁਤ ਸਪੋਰਟ ਕੀਤਾ ਉਸ ਦੇ ਲਈ, ਹੈ ਨਾ। ਮੈਂ ਦੱਸਣਾ ਚਾਹਾਂਗੀ ਕਿ ਬਾਈ ਗੈਰੀ ਸੰਧੂ ਜੀ ਨੇ ਵੀ ਸਾਨੂੰ ਇਸ ਕਾਬਲ ਸਮਝਿਆ ਕਿ ਸਾਨੂੰ ਚਾਂਸ ਦਿੱਤਾ ਆਪਣੇ ਬੱਚਿਆਂ ਨੂੰ, ਕਿ ਮੈਂ ਉਹਨਾਂ ਦਾ ਰੱਬ ਜਾਣੇ ਸੌਂਗ ਆਇਆ ਸੀਗਾ ਮੇਲ ਦੇ ਵਿੱਚ, ਤਾਂ ਫੀਮੇਲ ਉਹਨਾਂ ਨੇ ਮੇਰੇ ਸੇ ਕਰਵਾਇਆ ਅਤੇ ਮੈਂ ਕੀਤਾ ਬਹੁਤ ਸੋਹਣੇ ਗਾਣੇ। ਸਬੱਬ ਕਿਵੇਂ ਬਣਿਆ ਫਿਰ ਉਹ? ਉਹ ਤਾਂ ਜਦੋਂ ਉਹਨਾਂ ਨੇ ਗਾਤਾ ਸੀ, ਉਹ ਸਾਡੇ ਮੇਰਾ ਕਜ਼ਨ ਜੀ ਖਾਨ ਬਾਈ ਹੁਣਾਂ ਦੇ ਨਾਲ ਹੀ ਹੈ, ਤਾਂ ਉਹ ਉਹਨਾਂ ਨੇ ਗੱਡੀ 'ਚ ਸੁਣਾਇਆ ਕਿ ਬਾਈ ਨੂੰ ਵੀ ਪਤਾ ਸੀਗਾ, ਇੱਕ ਦੋ ਵਾਰੀ ਮਿਲੇ ਸੀਗੇ ਕਿਤੇ, ਅਤੇ ਉਹ ਉਹਨਾਂ ਨੇ ਸੁਣਾਇਆ ਮੇਰਾ ਮਾਹੀ ਮਿਲਿਆ। ਅੱਛਾ, ਮਾਹੀ ਮਿਲਿਆ ਜਦੋਂ ਸੁਣਾਇਆ ਬਾਈ ਨੂੰ ਬਹੁਤ ਅੱਛਾ ਲੱਗਿਆ, ਬਹੁਤ ਜ਼ਿਆਦਾ, ਕਿ ਬਾਈ ਜਿੱਥੇ ਵੀ ਬੈਠੇ ਗੁਣਗੁਣਾਉਂਦੇ ਰਹੇ, ਮੈਂ ਵੀ ਗਈ, ਮਤਲਬ ਜਿੱਥੇ ਵੀ ਬੈਠੇ ਉੱਠੇ ਗਾਈ ਗਏ। ਅੱਛਾ, ਤਾਂ ਜਦੋਂ ਗਾਈ ਗਏ ਫਿਰ ਉਹਨਾਂ ਨੇ, ਮੈਂ ਗਈ ਹੋਈ ਸੀ ਮਿਲਣ ਬਾਈ ਨੂੰ, ਹੈ ਨਾ, ਤਾਂ ਜਦੋਂ ਮਿਲਣ ਗਏ ਅਤੇ ਬਾਈ ਨੇ ਬਸ ਮੈਨੂੰ ਪੁੱਛਿਆ ਨਹੀਂ ਕੀ ਕਰਨਾ ਕਿ ਨਹੀਂ, ਮੇਰਾ ਗਾਣਾ ਡੱਬ ਕਰਤਾ ਆ ਗਿਆ। ਅੱਛਾ ਜੀ, ਬਹੁਤ ਸਾਰੇ ਗਾਣੇ ਹੋਰ ਵੀ ਬਾਈ ਹੋਰਾਂ ਨਾਲ, ਬਹੁਤ ਅੱਛੇ ਅੱਛੇ ਗਾਣੇ ਹੁਣ ਬਾਈ ਹੋਰਾਂ ਨਾਲ ਮਿਲਣਗੇ ਤੁਹਾਨੂੰ, ਆ ਰਹੇ ਹੈ, ਮਤਲਬ ਆਣੇ ਆ ਰਹੇ। ਅਰੇ ਵੈਰੀ ਗੁੱਡ ਯਾਰ। ਅੱਛਾ, ਮੈਂ ਚਾਹ ਰਹੀ ਸੀ ਜਿਹੜਾ ਰੱਬ ਜਾਣੇ ਦੀ ਗੱਲ ਹੋਈ ਸੀਗੀ, ਤੇ ਇਹਦਾ ਸਥਾਈ ਤੇ ਅੰਤਰਾ ਜ਼ਰੂਰ ਆਣ ਦੇ ਨਾਲ ਆਣਦੇ ਐਨ ਰੂਹ ਨਾਲ। ਤੂੰ ਨਾ ਜਾਣੇ ਤੇਰੇ ਲਈ ਤੜਪੇ ਦੁਆਵਾਂ ਮੰਗੀਆਂ ਉੱਠ ਉੱਠ ਤੜਕੇ, ਤੂੰ ਨਾ ਜਾਣੇ ਤੇਰੇ ਲਈ ਤੜਪੇ ਦੁਆਵਾਂ ਮੰਗੀਆਂ ਉੱਠ ਉੱਠ ਤੜਕੇ, ਬੇ ਚੰਗੀਆਂ ਹੋਈਆਂ ਨਾ ਤੈਥੋਂ ਮੈਂ ਰੱਖਣਾ ਨਹੀਂ ਤੇਰੇ ਨਾਲ ਨਾਤਾ, ਰੱਬ ਜਾਣੇ ਮੈਂ ਨਾ ਜਾਣਾ ਫਿਰ ਕਦੋਂ ਹੋਣਗੀਆਂ ਮੁਲਾਕਾਤਾਂ, ਰੱਬ ਜਾਣੇ ਮੈਂ ਨਾ ਜਾਣਾ ਫਿਰ ਕਦੋਂ ਹੋਣਗੀਆਂ ਮੁਲਾਕਾਤਾਂ, ਸ਼ਾਲੀ ਸਮਝ ਜੇ ਹੈ ਲੈਂਦਾ ਮੈਨੂੰ ਹੱਥ ਕਦੇ ਨਾ ਛੱਡਦਾ ਵੇ, ਜੇ ਪੈਂਦਾ ਫਰਕ ਤੈਨੂੰ ਜੇ ਪੈਂਦਾ ਫਰਕ ਤੈਨੂੰ, ਫਿਰ ਤੂੰ ਤਾਂ ਉੱਪਰੋਂ ਉੱਪਰੋਂ ਸੀ ਕਮਲਿਆ ਉੱਪਰੋਂ ਉੱਪਰੋਂ ਸੀ, ਜੁੜੇ ਸਾਂਸੀ ਨਾਲ ਜਜ਼ਬਾਤਾਂ, ਰੱਬ ਜਾਣੇ ਮੈਂ ਨਾ ਜਾਣਾ ਫਿਰ ਕਦੋਂ ਹੋਣਗੀਆਂ ਮੁਲਾਕਾਤਾਂ। ਬਿਹਤਰੀਨ, ਨਜ਼ਾਰੇਦਾਰ। ਅੱਛਾ, ਹੁਣ ਤੁਹਾਡੇ ਥੋੜੀ ਚੁਆਇਸਿਸ ਦੀ ਗੱਲ ਕਰੀ, ਲਾਸਟ ਫਿਲਮ ਕਿਹੜੀ ਦੇਖੀ ਅਫਸਾਨਾ ਨੇ? ਲਾਸਟ ਦੇਖੀ ਹੈ ਮੈਂ ਉਹ ਵਾਲੀ, ਕਿਹੜੀ ਦੇਖੀ ਸੀ, ਅਸ਼ਕੇ। ਆ ਅੱਛਾ ਜੀ, ਓਕੇ, ਅਮਰਿੰਦਰ ਗਿੱਲ ਹੋਣਾ ਦੀ, ਅਮਰਿੰਦਰ, ਵੈਰੀ ਗੁੱਡ। ਲਾਸਟ ਬੱਸ ਦਾ ਸਫ਼ਰ ਕੀਤੇ ਹੋਏ ਕਿੰਨਾ ਟਾਈਮ ਹੋ ਗਿਆ? ਮੈਨੂੰ ਹੋ ਗਏ ਲਾਈਕ ਜ਼ਿਆਦਾ ਨਹੀਂ, ਤਿੰਨ ਚਾਰ ਸਾਲ ਹੋ ਗਏ, ਤਿੰਨ ਚਾਰ ਸਾਲ। ਅੱਛਾ ਜੀ, ਓਕੇ। ਜਿੰਨੀ ਮੂਵੀ ਦੇਖੀ ਮੈਂ ਪੈਸੇ ਖੁਦ ਨੀ ਲਾਏ, ਪਰ ਬਹੁਤ ਘੱਟ ਦੇਖਦੀ ਆ, ਮੂਵੀਆਂ ਦਾ ਇੰਨਾ ਜ਼ਿਆਦਾ ਸ਼ੌਂਕ ਨੀ, ਤੇ ਫ੍ਰੀ ਦੇਖੀ ਆ ਮੈਂ। ਚਲੋ ਫਿਰ, ਕਿਹੜੀ ਮੂਵੀ ਆ ਦੇਖੀ ਜਿਹਦੇ ਟਾਈਮ ਖਰਾਬ ਹੋ ਗਿਆ ਤੁਹਾਡਾ ਕਿ ਯਾਰ ਮੈਨੂੰ ਇਹ ਦੱਸ? ਨਹੀਂ, ਮੈਂ ਗਿਣਵੀਆਂ ਚੁਣਵੀਆਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਘੱਟੋ ਘੱਟ 10 ਕੁ ਮੂਵੀਆਂ ਮੈਕਸੀਮਮ ਮੇਰੀਆਂ ਸੁਰਤ 'ਚ ਦੇਖੀਆਂ ਹੋਣੀਆਂ। ਅੱਛਾ ਜੀ, ਜ਼ਿਆਦਾ ਨਹੀਂ, ਹੁਣ ਮੈਂ ਰੌਲਾ ਪਾ ਰਹੀ ਹਾਂ ਕਿ 400 ਵੀ ਦੇਖ ਕੇ ਆਉਣੀ, ਕਿਹੜੀ ਮਿਸ ਐਂਡ ਮਿਸਿਸ 420 ਟ੍ਰੇਲਰ ਮੈਨੂੰ ਬਹੁਤ ਅੱਛਾ ਲੱਗਾ, ਤੇ ਉਹ ਦੇਖ ਕੇ ਆਉਣੀ, ਮਤਲਬ ਅੱਜ ਵੀ ਬਣ ਸਕਦਾ ਸਬੱਬ, ਕੱਲ੍ਹ ਵੀ ਬਣ ਸਕਦਾ। ਵਧਾਈਆਂ ਜੀ, ਵਧਾਈਆਂ। ਮੇਰੇ ਬਹੁਤ ਅੱਛੇ ਦੋਸਤ ਬੀਨੂ ਢਿੱਲੋਂ ਜੀ ਦੀ ਸੀਗੀ, ਉਹ ਦਿਲ 'ਚ ਰਹਿ ਗਈ, ਕੋਈ ਨਾਲ ਹੀ ਨਹੀਂ ਗਿਆ, ਮੈਂ ਦੇਖ ਲਈ ਨਹੀਂ। ਅਰੇ ਅਰੇ ਅਰੇ, ਸਾਰਾ ਦਿਨ ਤੁਸੀਂ ਮਿਊਜ਼ਿਕ 'ਚੋਂ ਗੁਜ਼ਰਦੇ ਹੋ ਜੀ, ਜੇ ਮਿਊਜ਼ਿਕ ਤੋਂ ਇਲਾਵਾ ਆਪਾਂ ਗੱਲ ਕਰੀਏ, ਕਿਹੜੀ ਚੀਜ਼ ਦਾ ਪੈਸ਼ਨ ਰਹਿੰਦਾ ਯਾਰ, ਮੈਂ ਆਹ ਚੀਜ਼ ਲਈ ਸਭ ਤੋਂ ਜ਼ਿਆਦਾ ਟਾਈਮ ਕੱਢਣ ਦੀ ਕੋਸ਼ਿਸ਼ ਕਰਦੀ ਹੈ? ਜਿਮ ਜਾਂਦਾ। ਅੱਛਾ, ਕੋਸ਼ਿਸ਼ ਕਰਦੀ ਪਰ ਨਿਕਲਦਾ ਨਹੀਂ। ਓਏ ਹੋਏ, ਇਹ ਮਿਲਣਾ ਇਹ ਹੁੰਦਾ ਜਿਹੜੇ ਲੋਕ ਜਿਮ ਦਾ ਰੱਖਦੇ ਆ ਨਾ, ਜਿਮ ਕਰਿਆ ਕਰਨਾ, ਉਹਦੇ ਨਾਲ ਉਹਨਾਂ ਨਾਲ ਦੋ ਗੱਲਾਂ ਹੁੰਦੀਆਂ, ਕੀ ਤਾਂ ਰਾਤ ਨੂੰ ਉਹ ਇਹ ਸੋਚ ਕੇ ਸੌਂਦੇ ਆ, ਸਵੇਰ ਤੋਂ ਨਾ ਜਲਦੀ ਉੱਠਿਆ ਕਰਨਾ, ਔਰ ਸਵੇਰੇ ਉੱਠ ਕੇ ਇਹ ਸੋਚਦੇ ਆ ਜਦੋਂ ਲੇਟ ਹੋ ਜਾਂਦਾ, ਸਵੇਰੇ ਉੱਠ ਕੇ ਸ਼ਾਮ ਨੂੰ ਵੀ ਬੰਨਣਾ ਪੈਣਾ ਟਾਈਮ, ਇਹ ਬੇਈਮਾਨ ਹੋ ਜਾਂਦਾ ਨੀਂਦ ਨਾਲ। ਤਾਂ ਮੈਂ, ਮੇਰਾ ਤਾਂ ਉਹੀ ਵੀ, ਮੈਂ ਮਤਲਬ ਬਹਾਨਾ ਲੱਭਦੀ ਵੀ ਜਿਮ ਲਾ ਆਵਾਂ। ਹਾਂ, ਔਰ ਮੈਨੂੰ ਲੱਗਦਾ ਖਾਸ ਤੌਰ 'ਤੇ ਇਹ ਇੰਡਸਟਰੀ ਦੇ ਵਿੱਚ ਤਾਂ ਸੁਣਨ ਦੇ ਨਾਲ ਦਿਖਣਾ ਪੈਂਦਾ ਨਾ, ਹੈ ਨਾ।
ਤਾਂ ਜ਼ਿਆਦਾ ਹੀ ਪ੍ਰੈਫਰੈਂਸ ਕਰਦੇ ਹੈ ਕਲਾਕਾਰ, ਪਹਿਲਾਂ ਨਾਲੋਂ ਫਰਕ ਪੈ ਗਿਆ। ਨਾਈਸ 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 ਨਾਈਸ, ਉਹ ਤਾਂ ਜ਼ਰੂਰੀ ਵੀ ਹੈ, ਨਾਲੇ ਕਿ ਬੰਦਾ ਆਪਣੇ ਆਪ ਨੂੰ ਵੈਸੇ ਹੀ ਫਿਟ ਰੱਖੇ, ਉਹ ਦੋਨੇ ਪਾਸੇ ਨੂੰ ਜ਼ਰੂਰੀ ਹੈ, ਪ੍ਰੋਫੈਸ਼ਨ ਲਈ ਵੀ ਔਰ ਬੰਦੇ ਲਈ ਪਰਸਨਲ ਲਈ ਵੀ, ਹੈ ਨਾ। ਵੈਰੀ ਨਾਈਸ। ਅੱਛਾ, ਇਸ ਤੋਂ ਬਾਅਦ ਜਿਵੇਂ ਹੁਣ ਤੁਸੀਂ ਓਬਵੀਅਸ ਹੈ ਕਿ ਪੰਜਾਬੀ ਮਿਊਜ਼ਿਕ 'ਚ ਤਾਂ ਆਪਣਾ ਨਾਮ ਬਣਾ ਰਹੇ ਹੋ, ਜੇ ਮੈਂ ਗੱਲ ਕਰਾਂ ਕਿਉਂਕਿ ਤੁਸੀਂ ਉੱਥੋਂ ਆਏ ਹੋ ਰਾਈਜ਼ਿੰਗ ਸਟਾਰ ਤੋਂ, ਜਿਹੜਾ ਕਿ ਓਵਰਆਲ ਇੰਡੀਆ ਦੇਖਿਆ ਗਿਆ, ਜੇ ਮੈਂ ਗੱਲ ਕਰਾਂ ਕਿ ਦੇਖੋ ਟਾਰਗੇਟ ਇੱਕ ਨਾ ਇੱਕ ਦਿਮਾਗ 'ਚ ਇਹ ਵੀ ਹੁੰਦਾ ਯਾਰ ਕਿ ਮੈਨੂੰ ਕੋਈ ਲਿੰਕ ਇਹੋ ਜਿਹਾ ਮਿਲੇ ਕਿ ਮੈਂ ਉੱਥੇ, ਬਾਲੀਵੁੱਡ ਦਾ ਹੀ ਮੇਰਾ ਟਾਰਗੇਟ ਆ, ਹਾਂ ਉਧਰ ਹੀ ਜਾਣ ਦਾ, ਤੇ ਲਾਈਕ ਨੇਹਾ ਕੱਕੜ ਦੀ ਤਰ੍ਹਾਂ। ਵੈਰੀ ਨਾਈਸ, ਪੂਰੀ ਦੁਨੀਆ 'ਤੇ ਅਫਸਾਨਾ ਅਫਸਾਨਾ ਕਰਾਉਣੀ ਹੈ, ਇਨਸ਼ਾਅੱਲਾ ਜਲਦੀ ਹੋਏਗੀ, ਕਿਉਂਕਿ ਟਾਈਮ ਲੱਗਦਾ। ਨੇਹਾ ਦਾ ਵੀ ਸਟਰਗਲ ਆ ਉਹਦੇ ਪਿੱਛੇ 10 ਸਾਲ ਦਾ, ਬਹੁਤ ਤਾਂ ਹੈ ਨਾ, ਜੇ ਆਪਾਂ ਕਹੀਏ ਕਿ ਤੱਤਾ ਤੱਤਾ ਖਾ ਲਈਏ ਤਾਂ ਉਹਦਾ ਹੈ ਨਾ, ਜਿਹੜੇ ਜਿਹੜੇ ਹੀ ਮਿਹਨਤ ਆ, ਜਿਹੜਾ ਸਟਰਗਲ ਆ ਉਹਦਾ, ਉਹਦਾ ਜਦੋਂ ਜਦੋਂ ਆਪਾਂ ਨੂੰ ਸਕਸੈਸ ਮਿਲਦੀ ਨਾ, ਉਹਦਾ ਆਨੰਦ ਹੀ ਵੱਖਰਾ, ਆਨੰਦ ਹੀ ਵੱਖਰਾ। ਜੇ ਨਹੀਂ ਤਾਂ ਰਾਤੋ ਰਾਤ ਵੀ ਬਣੀ ਜਾਂਦੇ ਨੇ ਸਟਾਰ, ਬਟ ਆਈ ਡੋਂਟ ਲਾਈਕ, ਮੈਨੂੰ ਮਿਹਨਤ ਨਾਲ ਚੱਲਣਾ। ਉਹ ਹੁਣੇ ਨਾ ਪਰਸੋਂ ਚੌਥੇ ਉਹਨਾਂ ਦੀ ਵੀਡੀਓ ਵਾਇਰਲ ਹੋਈ, ਲੰਬੀ ਉਮਰ ਚੱਲਦਾ, ਹਾਂ ਠੀਕ ਹੈ, ਲੰਬੀ ਉਮਰ ਚੱਲਣਾ ਬਹੁਤ ਵੱਡੀ ਗੱਲ ਹੈ। ਯੈਸ ਯੈਸ, ਉਹ ਨੇਹਾ ਕੱਕੜ ਉਹਨਾਂ ਦੀ ਨਾ ਪਰਸੋਂ ਚੌਥੇ ਦੀ ਵੀਡੀਓ ਵਾਇਰਲ ਹੋਈ ਸੀਗੀ, ਉਹ ਬਹੁਤ ਟਾਈਮ ਪਹਿਲਾਂ ਦੀ ਸੀ, ਅੱਜ ਤੋਂ 10 ਕੁ ਸਾਲ ਪਹਿਲਾਂ ਦੀ, ਉਹ ਜਗਰਾਤੇ 'ਚ ਗਾ ਰਹੇ ਸੀਗੇ ਉਹ, ਤਾਂ ਯਾਨੀ ਕਿ ਉਸ ਟਾਈਮ ਤੋਂ ਉਹਨਾਂ ਦਾ ਚੱਲਿਆ ਆ ਰਿਹਾ ਹੈ ਨਾ ਜੀ। ਇਹ ਮਤਲਬ ਉਹੀ ਗੱਲ ਆ ਗਈ ਵੀ ਤੁਸੀਂ ਹੁਣ ਉਹ ਦੌਰ 'ਚ ਗੁਜ਼ਰ ਰਹੇ ਹੋ ਜਦੋਂ ਹਜੇ ਤੁਸੀਂ ਹੋਰ ਤਿਆਰੀ ਕਰਨੀ, ਹੋਰ ਪੱਕਣਾ ਹੈ ਹਜੇ। ਮੇਕੋ ਮੈਨੂੰ, ਮੈਂ ਅੱਜ ਤੱਕ ਜੋ ਚਾਹਿਆ ਉਹ ਹੁੰਦਾ, ਮੈਨੂੰ ਲੱਗਦਾ ਕਿ ਮੈਂ ਪਹੁੰਚ ਜਾਂਗੀ, ਕਿਉਂਕਿ ਪੋਜ਼ਿਟਿਵ ਸੋਚੋ ਹਮੇਸ਼ਾ। ਗੁੱਡ ਹੈ, ਗੁੱਡ ਹੈ, ਗੁੱਡ ਹੈ। ਔਰ ਬਾਕੀ ਤੁਹਾਨੂੰ ਰੱਬ ਨੇ ਉਹ ਤੁਹਾਡੀ ਆਵਾਜ਼ ਦੇ ਵਿੱਚ ਉਹ ਅਦਾ ਦਿੱਤੀ ਹੈ, ਔਰ ਵਾਹਿਗੁਰੂ ਹਮੇਸ਼ਾ ਮਿਹਰ ਕਰੇ ਤੁਹਾਡੇ ਅਲਫਾਜ਼ਾਂ ਦੇ ਉੱਤੇ, ਤੁਹਾਡੇ ਗਲੇ ਦੇ ਉੱਤੇ, ਹਮੇਸ਼ਾ ਵਾਹਿਗੁਰੂ ਦੀਆਂ ਮਿਹਰਾਂ ਰਹਿਣ ਸਾਡੇ ਵੱਲੋਂ। ਅਫਸਾਨਾ, ਬਹੁਤ ਬਹੁਤ ਦਿਲੋਂ ਸ਼ੁਭਕਾਮਨਾਵਾਂ। ਜਾਂਦੇ ਜਾਂਦੇ ਮਾਹੀ ਵਾਲੇ ਤੋਂ ਗਾਣੇ ਤੋਂ ਆਪਾਂ ਇਹਦੀ ਸਮਾਪਤੀ ਕਰਦੇ। ਯੈਸ, ਆਣ ਦਿਓ। ਮਾਹੀ ਮਿਲਿਆ ਤੇ ਮਿਲਿਆ ਏ ਗੈਰਾਂ ਦੀ ਗਲੀ, ਮਾਹੀ ਮਿਲਿਆ ਤੇ ਮਿਲਿਆ ਏ ਗੈਰਾਂ ਦੀ ਗਲੀ, ਉਹਨੇ ਅੱਖੀਆਂ ਨਾ ਕਰਤੇ ਨਵੇੜੇ, ਨੈਣ ਕਹਿੰਦੇ ਅਸੀਂ ਅੱਜ ਤੋਂ ਨੀ ਤੇਰੇ, ਉਹਦੀ ਖੁਸ਼ੀਆਂ ਵਾਲੀ ਚੜੇ ਅਸੀਂ ਇਸ਼ਕ ਬਲੀ। ਮਾਹੀ ਮਿਲਿਆ ਤੇ ਮਿਲਿਆ ਏ ਗੈਰਾਂ ਦੀ ਗਲੀ, ਵੇ ਮੈਂ ਕਰਦੀ ਦੁਆਵਾਂ ਤੇਰੇ ਜੀਣ ਦੀਆਂ, ਤੇ ਤੂੰ ਕਰਦਾ ਏ ਗੱਲਾਂ ਜ਼ਹਿਰ ਪੀਣ ਦੀਆਂ, ਉਹ ਫਟ ਖਾ ਗਏ ਸੀ ਮੈਨੂੰ ਹੌਲੇ ਹੌਲੇ ਕਰਕੇ, ਹੁਣ ਚੱਲਦੀਆਂ ਕੋਸ਼ਿਸ਼ਾਂ ਨੇ ਸੀਨ ਦੀਆਂ, ਹਾਂ ਮੈਂ ਖੁਦ ਨੂੰ ਹੀ ਦੇਣ ਸਜਾ ਜਾ ਰਿਹਾ, ਕੋਈ ਫਾਇਦਾ ਨੀ ਜਿਹੜੇ ਤੂੰ ਰਾਜਾ ਰਿਹਾ। ਮਾਹੀ ਮਿਲਿਆ ਤੇ ਮਿਲਿਆ ਏ ਗੈਰਾਂ ਦੀ ਗਲੀ, ਮਿਲੇ ਹੋ ਤੁਮ ਹਮਕੋ ਬੜੇ ਨਸੀਬੋਂ ਸੇ, ਚੁਰਾਇਆ ਹੈ ਮੈਨੇ ਕਿਸਮਤ ਕੀ ਲਕੀਰੋਂ ਸੇ, ਅੱਜ ਕੀ ਰਾਤ ਨਾ ਜਾਣਾ ਤੂੰ ਸਾਵਣ ਆਇਆ ਹੈ, ਹੋ ਐਸੇ ਲਹਿਰਾ ਕਿਉਂ ਰੂਬਰੂ ਆ ਗਈ, ਐਸੇ ਲਹਿਰਾ ਕਿਉਂ ਰੂਬਰੂ ਆ ਗਈ, ਧੜਕਨੇ ਬੇਤਹਾਸ਼ਾ ਤੜਪਣੇ ਲੱਗੀ, ਤੀਰੇ ਐਸਾ ਲਗਾ ਦਰਦ ਐਸਾ ਜਗਾ, ਤੀਰੇ ਐਸਾ ਲਗਾ ਦਰਦ ਐਸਾ ਜਗਾ, ਛੋਟ ਦਿਲ ਪੇ ਜੋ ਆਈ ਮਜ਼ਾ ਆ ਗਿਆ ਮੇਰੇ ਰਸ਼ਕੇ ਖਮਰ। ਕੀ ਬਾਤ ਹੈ, ਜਿੰਨਾ ਮਜ਼ਾ ਤੁਸੀਂ ਹੁਣ ਗਾ ਕੇ ਲੈਣਾ ਨਾ, ਤੁਸੀਂ ਲਾਈਵ ਸ਼ੋਅ 'ਚ ਵੀ ਲੈਂਦੇ ਹੋ ਜੀ, ਵਾਕਈ ਮਾਹੌਲ ਬਣ ਜਾਂਦਾ, ਮਾਹੌਲ ਬਣ ਜਾਂਦਾ। ਥੈਂਕ ਯੂ ਸੋ ਮੱਚ ਅਫਸਾਨਾ, ਤੁਹਾਡੇ ਨਾਲ ਅੱਜ ਆਪਣੇ ਸ਼ੋਅ ਦੇ ਵਿੱਚ ਮਾਹੌਲ ਬਣਿਆ, ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ। ਅਗਲੀ ਵਾਰੀ ਆਪਾਂ ਇੱਥੋਂ ਹੀ ਗੱਲਾਂ ਬਾਤਾਂ ਅੱਗੇ ਚੱਕਾਂਗੇ, ਅੱਜ ਆਪਾਂ ਇੱਥੇ ਗੱਲਾਂ ਨੂੰ ਪੌਜ਼ ਕਰਦੇ ਹਾਂ ਜੀ।